अस्सलाम वालेकुम जी। वालेकुम सलाम बाबा जी। ਤੁਹਾਡਾ ਨਾਮ ਕੀ? ਅਜੇ ਵਿਸ਼ੇਰਾਮ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਅਜੇ ਅਬਦੁਲ ਰਹਿਮਾਨ। ਦਾਦਾ ਜੀ ਦਾ ਨਾਮ ਯਾਦ ਹੈ ਜੀ? ਯਾਦ ਹੈ। ਕੀ ਨਾਮ ਹੈ ਜੀ? ਮੰਦਾ। ਮੰਦਾ? ਹਾਂਜੀ। ਕੌਮ ਕੀ ਤੁਹਾਡੀ? ਖਰਲ ਬੈਰੇ। ਖਰਲ ਕੌਮ ਖਰਲ ਤੇ ਗੋਤ ਬੈਰੇ। ਹਾਂ ਸਹੀ। ਪਿਛਾਂ ਆਪਣਾ ਪਿੰਡ ਕਿਹੜਾ ਸੀ? ਅਰਨੀ ਵਾਲਾ। ਅਰਨੀ ਵਾਲਾ? ਅਰਨੀ ਵਾਲੇ ਪਿੰਡ ਨੂੰ ਸ਼ਹਿਰ ਕਿਹੜਾ ਲੱਗਦਾ ਸੀ? ਫਾਜ਼ਲ ਮੰਗਲਾ ਵੀ ਲੱਗਦਾ ਸੀ। ਹਾਂਜੀ। ਅਮੋਰ ਵੀ ਲੱਗਦਾ ਸੀ। ਠੀਕ ਹੈ। ਜਿਹੜਾ ਬੰਗਲਾ ਸੀ? ਹਾਂਜੀ। ਇਹ ਕਿੰਨਾ ਕੁ ਪੰਥ ਸੀ ਤੁਹਾਡੇ ਤੋਂ? ਇਹ ਕੋਈ ਮੀਲਾਂ ਤੇ ਸਾਡੇ ਪਿੰਡ ਤੋਂ ਚਾਰ ਕਰ ਲੈ ਤਿੰਨ ਕਰ ਲੈ ਤਿੰਨ ਚਾਰ ਮੀਲ ਹੈਗਾ। ਹਾਂ। ਅਤੇ ਬਹੁਤ ਜ਼ਿਆਦਾ ਪੰਥ ਸੀ? ਹਾਂਜੀ ਬਹੁਤ ਜ਼ਿਆਦਾ ਪੰਥ। ਉਹ ਵੀ ਇੰਨਾ ਪੈਂਦਾ ਸੀ, ਇਹ ਵੀ ਇੰਨਾ ਪੈਂਦਾ ਸੀ। ਸਹੀ। ਉੱਥੇ ਕਿੰਨੀ ਜ਼ਮੀਨ ਸੀ, ਕਿੰਨਾ ਰਕਬਾ ਸੀ ਤੁਹਾਡੇ ਕੋਲ? ਰਕਬਾ ਹੈਗਾ ਸੀ ਕੋਈ 40 ਕਿੱਲਾ। 40 ਕਿੱਲਾ ਮਾਸ਼ਾਅੱਲਾ। ਫਿਰ ਤੁਸੀਂ ਤਾਂ ਕੰਮ ਜਿਹੜਾ ਵਾਹੀ ਜੁੱਤੀ ਦਾ ਹੀ ਕਰਦੇ ਉਸੋਂ? ਹਾਂਜੀ। ਕਿਹੜੀਆਂ ਕਿਹੜੀਆਂ ਫਸਲਾਂ ਉਦੋਂ ਬੀਜਦੇ ਸੀ? ਆ ਕਣਕ ਨਰਮਾ ਕਮਾਂਦ ਮਗਰੋਂ ਲਾਇਆ ਹੁਣ ਕਦੋਂ ਆਪਾਂ ਉੱਠਣੇ ਰੌਲਾ ਪੈਂਦਾ। ਉਦੋਂ ਕਮਾਂਦ ਲਾਇਆ ਸੀ, ਉਹ ਦਾਈ ਵਗੈਰਾ ਨਹੀਂ ਰਲਦਾ ਸੀ। ਥੋੜ੍ਹਾ ਜਿਹਾ ਉੱਚੀ ਬੋਲਿਆ ਜੀ। ਆ ਜਵਾਰ ਆ ਇਹ ਫਸਲ ਹੁੰਦਾ ਸੀ। ਜਿਹੜੀ ਉਹ ਅਰਨੀ ਵਾਲੇ ਦੀ ਜ਼ਮੀਨ ਸੀ? ਹਾਂਜੀ। ਉਹਨੂੰ ਪਾਣੀ ਨਹਿਰੀ ਲੱਗਦਾ ਸੀ? ਲੱਗਦਾ ਸੀ, ਨਹਿਰ ਦਾ 12 ਮਹੀਨਿਆਂ ਦਾ ਸੀ। ਸਹੀ। ਉਹ ਨਹਿਰ ਦਾ ਕੋਈ ਪਤਾ ਹੈਗਾ ਵੀ ਉਹ ਕਿਹੜੀ ਨਹਿਰ ਸੀ, ਕੀ ਨਾਂ ਸੀ ਉਹਦਾ ਨਹਿਰ ਦਾ? ਨਹਿਰ ਦਾ ਮੈਂ ਨਾਂ ਨਹੀਂ ਆ। ਠੀਕ ਠੀਕ। ਅਤੇ ਜਦੋਂ ਇਹ ਉਜਾੜੇ ਪਏ ਨੇ? ਹਾਂਜੀ। ਕਿੰਨੀ ਕੁ ਉਮਰ ਸੀ ਉਦੋਂ ਤੇਰੀ? 10 ਸਾਲ। ਜਿਹੜਾ ਉਹ ਪਿੰਡ ਸੀ ਅਰਨੀ ਵਾਲਾ? ਹਾਂਜੀ। ਉਹਦੇ 'ਚ ਕੋਈ ਸਕੂਲ ਹੈਗਾ ਸੀ? ਮੈਨੂੰ ਯਾਦ ਨਹੀਂ, ਸਕੂਲ ਤਾਂ ਹੁੰਦਾ ਸੀ ਪਰ ਮੁੰਡੇ 'ਚ ਪੜ੍ਹਦੇ। ਸਹੀ। ਮਸੀਤ ਦਾ ਤਾਂ ਯਾਦ ਹੋਵੇਗਾ? ਮਸਜਿਦ ਸੀ ਜਿਹੜੀ ਮਸਜਿਦ ਸੀ ਉਹਦੇ ਨਾਲ ਹੀ ਇਹ ਕਰੇ ਉਹ ਗੁੰਮਜ ਦਿਆ ਕਿਡਾਨ ਹੈ। ਉਹ ਗੁੰਮਜ ਵੀ ਉਹਦੇ ਨਾਲ ਹੀ ਕਰੀਬ ਹੀ ਸੀ। ਉਹ ਬੁਰਜ? ਹਾਂ ਬੁਰਜ। ਸਹੀ। ਉਹ ਮਸੀਤ ਦੇ ਵੀ ਬੁਰਜ ਜਿਹੜਾ ਉਹ ਮਸੀਤ ਦੇ ਨੇੜੇ ਹੀ ਸੀ? ਹਾਂ। ਤੋ ਬੁਰਜ ਦੇ ਨਾਲ ਕੋਈ ਹੋਰ ਚੀਜ਼ ਹੈਗੀ ਸੀ? ਉਹ ਨਹੀਂ ਮੰਨੀ। ਕੋਈ ਪਾਣੀ ਵਾਲਾ ਤਲਾਬ ਵਗੈਰਾ? ਤਲਾਬ ਹੋਰ ਨਾ ਦੇ ਨਾਵਣ ਕਰਦੇ ਹੁਣ ਇਹਨਾਂ ਦਾ ਬਣਿਆ ਨਹੀਂ। ਜਿੱਥੋਂ ਤੁਸੀਂ ਪਾਣੀ ਪੀਂਦੇ ਸੀ? ਹਾਂਜੀ। ਤੁਹਾਡੇ ਪਾਣੀ ਪੀਣ ਦਾ ਕੀ ਨਿਜ਼ਾਮ ਸੀ ਉੱਥੇ? ਉਹ ਪਾਣੀ ਦੇ ਖੂਹ ਸੀ। ਅੱਛਾ। ਉਹਦਾ ਤਾਂ ਅਜੀ ਵਰ ਚਾੜਦੇ ਹਨ ਦੇ ਉਹ ਭਰਦੇ ਹਨ ਦੇ ਆਦ ਬਣੇ ਸਨ ਦੇ। ਹਿੰਦੂਆਂ ਦਾ ਵੱਖਰਾ ਸੀ, ਆਪਣਾ ਵੱਖਰਾ ਸੀ। ਸਹੀ। ਹਿੰਦੂ ਥੋੜ੍ਹਾ ਹੀ ਸੀ ਦਾ ਕਰਾੜ ਸਨ ਦੇ ਹਿੰਦੂ ਕਰਾੜ, ਸਿੱਖ ਸੁੱਖ ਕੋ ਨਹੀਂ ਸੀ ਨਾ ਜੱਟ। ਅੱਛਾ। ਜਿਹੜੇ ਤੁਹਾਡੇ ਪਿੰਡ ਦੇ ਵਿੱਚ ਵੀ ਕਰਾੜ ਸਨ? ਹਾਂ ਕਰਾੜ ਸਨ। ਉਹਨਾਂ ਦੇ ਕੋਈ ਨਾਂ ਯਾਦ ਨਹੀਂ ਤੁਹਾਨੂੰ? ਨਹੀਂ। ਉਹ ਜਿਹੜੇ ਕਰਾੜ ਸਨ ਉਹ ਕੰਮ ਕਾਰ ਕੀ ਕਰਦੇ ਸਨ? ਦੁਕਾਨਾਂ ਹੁੰਦੀਆਂ ਉਹਨਾਂ ਦੀਆਂ, ਇਹ ਜਿਵੇਂ ਪਰਚੂਨ ਵਾਲੀਆਂ ਦੁਕਾਨਾਂ ਇੱਥੇ ਨੇ। ਸੌਦਾ ਸੁਦਾ ਫਿਰ ਤੁਸੀਂ ਉਹਨਾਂ ਕੋਲ ਲੈਂਦੇ ਸੀ? ਹਾਂਜੀ। ਸਹੀ। ਅਤੇ ਜਿਹੜਾ ਅਰਨੀ ਵਾਲਾ ਪਿੰਡ ਸੀ? ਹਾਂਜੀ। ਉਹਦੇ ਵਿੱਚ ਜਿਹੜੀ ਮਸਜਿਦ ਸੀ, ਮਸਜਿਦ 'ਚ ਮੌਲਵੀ ਕਿਹੜਾ ਸੀ, ਉਹਦਾ ਕੀ ਨਾਂ ਸੀ? ਮੌਲਵੀ ਮੀਆਂ ਰਮਜ਼ਾਨ ਸੀ ਦਾ। ਮੀਆਂ ਰਮਜ਼ਾਨ। ਉਸ ਪਿੰਡ ਦਾ ਨੰਬਰਦਾਰ? ਨੰਬਰਦਾਰ ਆਮਾ ਰਾਜੀ ਛਿੰਬਾ। ਅੱਛਾ। ਉਹ ਛਿੰਬਾ ਸੀ? ਹਾਂ। ਇਹ ਸਰਵਰ ਦਾ ਰੱਖਿਆ। ਠੀਕ। ਸਰਵਰ ਕਿਹੜੇ ਦਾ? ਸਰਵਰ ਬੋਲਦਾ। ਅੱਛਾ। ਇਹ 12 ਪਿੰਡਾਂ ਦਾ ਮਾਲਕ ਸੀ ਸਰਵਰ ਬੋਦਲਾ। ਹਾਂਜੀ। ਠੀਕ। ਨੰਬਰਦਾਰ ਇੱਕੋ ਹੀ ਸੀ? ਹਾਂ। ਟੁੱਟ ਤੋਂ ਰੰਗਾ ਤਾਂ ਟੁੱਟਦਾ ਸੀ। ਅੱਛਾ। ਤੁਹਾਡੇ ਤੋਂ ਹਟ ਕੇ ਹੋਰ ਉੱਥੇ ਕਿਹੜੀ ਬਰਾਦਰੀ ਸੀ, ਕਿਹੜੀਆਂ ਕੌਮਾਂ ਸਨ? ਇਹ ਕੌਮਾਂ ਪਤਰਾ ਵੀ ਸਨ, ਛਿੰਬੇ ਵੀ ਸਨ, ਗੁੱਜਰ ਵੀ ਸਨ, ਹੋਰ ਕਈ ਕੌਮਾਂ ਹਨ। ਸਹੀ। ਅਰਨੀ ਵਾਲੇ ਦੇ ਆਸੇ ਪਾਸੇ ਦੇ ਜਿਹੜੇ ਪਿੰਡ ਸਨ? ਹਾਂਜੀ। ਉਹਨਾਂ ਦੇ ਕੋਈ ਨਾਂ ਦੱਸੋ। ਹਾਂ ਸਾਨੂੰ ਨਾਂ ਸਰਾਵਾਂ ਨੇੜੇ ਸੀ। ਅੱਛਾ। ਅਬਲਖਾਣਾ ਜੱਟਾਂ ਦਾ ਸੀ। ਹਾਂਜੀ। ਉਹ ਵੱਡੜੇ ਇੱਕ ਲੱਗਦੀ ਸੀ ਸਾਡੇ ਕੋਲੋਂ ਬੱਸ, ਲਾਹੌਲੇ ਵਾਟਦੀ ਸੀ ਸਿਰਫ ਇੱਕੋ, ਉਹਨਾਂ ਜੱਟਾਂ ਦੀ ਸੀ। ਸਹੀ। ਔਰ ਜੋਟਿਆਂ ਵਾਲੀ ਮੂਲਿਆਂ ਵਾਲੀ ਇਹ
ਕੁਝ ਸਫ਼ਰ ਤੇ ਹੁੰਦੇ ਪਿੰਡ ਸਹੀ ਤੇ ਆਪਣੇ ਪਿੰਡ ਨੂੰ ਕੋਈ ਗੱਡੀ ਦਾ ਸਟੇਸ਼ਨ ਲੱਗਦਾ ਸੀ ਰੇਲ ਗੱਡੀ ਦਾ ਸਟੇਸ਼ਨ ਲੱਗਦਾ ਸੀ ਉਹ ਸਟੇਸ਼ਨ ਕਿੰਨਾ ਕੁ ਪਾਉਂਦਾ ਸੀ ਸਟੇਸ਼ਨ ਵੀ ਕਿਤੇ ਨੇੜੇ ਹੀ ਸੀਗਾ ਹੁਣ ਮੈਨੂੰ ਮਿਲਾਂ ਦਾ ਤਾਂ ਪਤਾ ਨਹੀਂ ਨਹੀਂ ਸਹੀ ਅਤੇ ਉਹ ਸਟੇਸ਼ਨ ਦਾ ਕੋਈ ਨਾਂ ਯਾਦ ਹੋਵੇ ਵੀ ਉਹ ਕਿਹੜਾ ਸਟੇਸ਼ਨ ਵੱਜਦਾ ਸੀ ਕੀ ਨਾਂ ਸੀ ਉਹਦਾ ਭਲਾ ਨਾਂ ਦਾ ਨਹੀਂ ਪਤਾ ਨਾਂ ਦਾ ਚੇਤਾ ਬੋਲੇ ਜਾਂ ਤੁਸੀਂ ਫਿਰ ਜਦੋਂ ਜਿਨਸ ਜੁਨਸ ਲੈ ਕੇ ਜਾਂਦੇ ਸੈ ਤਾਂ ਕਿਹੜੇ ਸ਼ਹਿਰ ਜਾਂਦੇ ਸੈ ਅਰਨੀ ਵਾਲੇ ਜਾਂਦੇ ਰਹਿੰਦੇ ਤਾਂ ਜੇ ਅਬੋਹਰ ਜਾਂਦੇ ਰਹਿੰਦੇ ਤਾਂ ਸਹੀ ਵੀ ਦੋਵਾਂ ਪਾਸੇ ਜਿੱਧਰ ਵੀ ਸੂਤਰ ਬਣਦਾ ਉੱਧਰ ਜਾਂਦੇ ਰਹਿੰਦੇ ਸੈ ਹਾਂਜੀ ਜਿਹੜੀ ਜਿਨਸ ਸੀ ਉਹ ਵੇਚਣ ਵੀ ਆਪਣਾ ਬੋਹਰ ਜਾਂਦੇ ਸੈ ਹਾਂ ਬੋਹਰ ਅਰਨੀ ਵਾਲੇ ਵੀ ਨਾਲਿਆਂ ਦੇ ਅਰਨੀ ਵਾਲਾ ਪਿੰਡ ਸੀ ਅਰਨੀ ਵਾਲਾ ਤਾਂ ਪਿੰਡ ਸੀ ਬੰਗਲਾ ਫਾਜ਼ਿਲਕਾ ਅੱਛਾ ਅੱਛਾ ਮੈਨੂੰ ਸਹੀ ਸਹੀ ਇਹ ਜਦੋਂ ਉਜਾੜੇ ਪਏ ਨੇ ਹਾਂਜੀ ਉਸ ਤੋਂ ਪਹਿਲੇ ਹਾਂਜੀ ਜਿਹੜੇ ਉੱਥੇ ਕਰਾੜ ਸਨ ਤੁਹਾਡੇ ਪਿੰਡ 'ਚ ਹਾਂਜੀ ਉਹਨਾਂ ਨਾਲ ਤੁਹਾਡਾ ਸਲੂਕ ਕਿਸ ਤਰ੍ਹਾਂ ਦਾ ਸੀ ਵਰਤਾਓ ਕਿਸ ਤਰ੍ਹਾਂ ਦਾ ਸੀ ਵੀ ਕੋਈ ਲੜਾਈ ਝਗੜਾ ਲੜਾਈ ਝਗੜਾ ਉਹ ਨਹੀਂ ਕਰਨ ਵਾਲੇ ਹਨ ਬੰਦੇ ਨਾ ਆਪਣੇ ਹਨ ਸਹੀ ਅਸੀਂ ਭੈਣਾਂ ਭਰਾਵਾਂ ਤਰ੍ਹਾਂ ਹੀ ਵੱਸਦੇ ਹਾਂ ਸਹੀ ਵੀ ਸਾਰ ਸਾਰ ਪਸੰਦ ਨਹੀਂ ਸਨ ਹਾਂ ਵੀ ਲੜਾਈ ਝਗੜਿਆ ਨਹੀਂ ਸੀ ਨਹੀਂ ਅਮਨ ਨਾਲ ਰਹਿੰਦੇ ਹਾਂ ਉਹ ਇਹ ਸੀ ਦੇਵਾਂ ਦੇਣ ਆਪਾਂ ਕੀਤੀ ਤਾਂ ਮੁਸਲਮਾਨ ਆਪਾਂ ਨੂੰ ਮਿਹਣਾ ਦੇ ਮੰਨਦੇ ਉਦੋਂ ਗੱਲਾਂ ਹਨ ਇਹ ਜੇ ਆਪਣੇ ਤੋਂ ਹੋ ਗਈ ਤਾਂ ਮੁਸਲਮਾਨ ਮਿਹਣਾ ਦੇਣ ਦੇ ਜੇ ਮੁਸਲਮਾਨ ਨਾ ਦੇਣ ਆਪਣੇ ਤੋਂ ਹੋ ਗਈ ਤਾਂ ਇਹ ਆਪਾਂ ਨੂੰ ਹਿੰਦੂ ਮਿਹਣਾ ਦੇਣ ਦੇ ਉਲੇ ਨਿਰਾ ਮਿਹਣਾ ਹੀ ਖਾ ਜਾਂਦਾ ਸੀ ਸਹੀ ਹੁਣ ਆਪਾਂ ਇੱਥੇ ਹੱਥ ਪਿਆ ਵੱਜਦਾ ਭਾਵੇਂ ਕੋਈ ਚੜ੍ਹਿਆ ਪਿਆ ਤਾਂ ਲਵੇ ਪਿਆ ਆਪਣੇ ਨੇੜੇ ਉੱਥੇ ਕੋਈ ਮੇਲਾ ਲੱਗਦਾ ਸੀ ਮੇਲਾ ਬੋਹਰ ਦਾ ਹੀ ਲੱਗਦਾ ਸੀ ਤੁਸੀਂ ਉਹ ਮੇਲਾ ਵੇਖਿਆ ਸੀ ਕਿ ਨਹੀਂ ਨਹੀਂ ਮੈਂ ਨਹੀਂ ਵੇਖਿਆ ਸਹੀ ਵੱਡੇ ਘਰ ਗਏ ਗੱਲਾਂ ਅਤੇ ਉਦੋਂ ਆਉਂਦੇ ਜਾਂਦੇ ਜ਼ਿਆਦਾਤਰ ਕਿਹੜੀ ਸ਼ਹਿਰ ਹੈ ਸਰ ਸਵਾਰੀ ਕੀ ਇਸਤੇਮਾਲ ਕਰਦੇ ਸਰ ਆ ਗੱਡੇ ਹੁੰਦੇ ਹੁਣ ਦੇ ਘਣੇ ਹੋਰ ਕੋਈ ਟਾਂਗਾ ਨਹੀਂ ਸੀ ਕੋਈ ਘੋੜਾ ਨਹੀਂ ਆ ਕੇ ਮੈਂ ਇੱਥੇ ਆਪਣੇ ਜਾਂ ਕਾਰ ਸਕੂਟਰ ਆ ਕੇ ਦਾ ਕੰਮ ਇਹ ਕੋਈ ਨਹੀਂ ਸੀ ਜਿਹੜਾ ਬੰਗਲਾ ਸ਼ਹਿਰ ਸੀ ਹਾਂਜੀ ਉਹ ਤੁਸੀਂ ਵੇਖਿਆ ਸੀ ਕਿ ਨਹੀਂ ਜਦੋਂ ਵੰਡ ਹੋਈ ਹੈ ਹਾਂਜੀ ਤੁਸੀਂ ਬੜੇ ਅਮਨ ਨਾਲ ਉੱਥੇ ਬੈਠੇ ਸੈ ਹਾਂਜੀ ਉਦੋਂ ਕੀ ਮਸਲਾ ਬਣਿਆ ਤੁਹਾਨੂੰ ਵੀ ਜਿਹੜਾ ਤੁਹਾਨੂੰ ਉਹ ਪਿੰਡ ਛੱਡਣਾ ਪੈ ਗਿਆ ਪਿੰਡ ਬਣਿਆ ਮਸਲਾ ਵੀ ਕਿਹੜੀ ਆਪਣੀ ਸੀ ਫੌਜ ਹਾਂਜੀ ਇਹਨਾਂ ਨੇ ਕਦੇ ਯੂਪੀਆਂ ਸੋਪੀਆਂ 'ਚ ਕੱਢ ਦਿੱਤੀ ਆਪਣੇ ਮੁਸਲਮਾਨ ਵੀ ਫੌਜ ਹੈਗੀ ਸੀ ਇਹਨਾਂ ਉਹ ਗੁੱਠੀ ਲਾ ਦਿੱਤੀ ਮਗਰ ਉਹ ਰੌਲਾ ਪੈ ਗਿਆ ਕਾਂਗਰਸ ਦਾ ਅਤੇ ਮੁਸਲਿਮ ਲੀਗ ਦਾ ਸਹੀ ਵੋਟਾਂ ਪਈਆਂ ਇੱਥੋਂ ਕੰਮ ਸ਼ੁਰੂ ਹੋ ਗਿਆ ਸਹੀ ਕੋਈ ਹੈ ਯਾਦ ਵੀ ਉਦੋਂ ਜਦੋਂ ਵੋਟਾਂ ਪਈਆਂ ਸਨ ਹਾਂਜੀ ਵੋਟਾਂ ਦੇ ਵਿੱਚ ਕੌਣ ਉੱਠਿਆ ਸੀ ਤੁਹਾਡੇ ਹਲਕੇ 'ਚ ਇਹ ਸਾਡੇ 'ਚ ਉੱਠਿਆ ਸੀ ਤਾਂ ਇਹ ਸਰਵਰ ਬੋਦਲਾ ਇਹਨੇ ਮਾਰੀ ਛਾਲ ਕਾਂਗਰਸ ਬੰਨੀ ਹੋ ਗਿਆ ਮੁਸਲਿਮ ਲੀਗ 'ਚ ਨਾ ਹੋਇਆ ਮੁੜ ਇਹਨੇ ਇਹਨੂੰ ਰਕਬਾ ਇੱਥੇ ਆਪਣੇ ਨਹੀਂ ਪਾਇਆ ਇਹਨੂੰ ਅਗਾ ਕਰ ਲੰਝਾਂ 'ਚ ਜਾ ਸੱਟਿਆ ਨੇ ਸਿੰਧ ਜਾਂਦੇ ਨੇ ਸਿੰਧ 'ਚ ਕੋਈ ਸਿੰਧ ਤੋਂ ਭਰਾ ਕੇ ਰਹੇ ਸਹੀ ਅਤੇ ਦੂਜਾ ਇਹਦੇ ਜਿਹੜਾ ਅੱਗੋਂ ਸੀ ਉਹ ਉਹਦਾ ਕੋਈ ਨਾਂ ਪਤਾ ਹੋਵੇ ਕਿ ਵੀ ਸਰਵਰ ਬੋਦਲਾ ਅਤੇ ਉਹ ਦੂਸਰਾ ਬੰਦਾ ਜਿਹੜਾ ਸੀ ਮੁਸਲਿਮ ਲੀਗ ਮਨੋ ਉਹਦਾ ਕੋਈ ਨਾਂ ਯਾਦ ਹੋਵੇ ਮੁਸਲਿਮ ਲੀਗ ਮਨ ਨਹਿਰੂ ਲਾਲ ਸੀ ਕਾਂਗਰਸ ਵੱਲੋਂ ਸਹੀ ਇਹ ਜਦੋਂ ਫਿਰ ਵੰਡ ਹੋਈ ਹੈ ਤਾਂ ਐਲਾਨ ਹੋਇਆ ਸੀ ਐਲਾਨ ਇਹ ਹੋਇਆ ਸੀ ਵੀ ਸਾਡੇ ਤਾਂ 6 ਮਹੀਨੇ ਪਹਿਲਾਂ ਉਜਾੜਾ ਪੈ ਗਿਆ ਸਰਵਰ ਦਾ ਤਾਂ ਸਾਡਾ ਘਰ ਇੱਕੋ ਬਣਿਆ ਹੋਇਆ ਸੀ ਇਹ ਇੱਥੇ 12 ਪਿੰਡ ਨੇ ਦੇ ਸਿੱਖ ਦੇ ਬੰਦੇ ਇਕੱਲੇ ਵੀ ਜਾ ਵੇਖਿਆ ਤੁਹਾਡਾ ਤਬਾਹ ਦਾ ਇਹ ਉਹਨਾਂ ਦਾ ਪਿੱਠੂ ਸੀ ਦਾਦਾ ਸਰਜਿੰਦੂਆਂ ਦਾ ਇਹ ਮੁੜ ਇੱਧਰ ਆਏ ਨਗਰ ਰੇਤ ਚੱਕ ਲਗਾਏ ਇਹਨਾਂ ਦਾ ਕਿਉਂ ਜੀ ਕਰੇ ਉੱਥੋਂ ਘਰ ਛੱਡਣ ਦਾ ਉਹਨਾਂ ਹਜੇ ਉਹਦਾ ਕੁਛ ਨਹੀਂ ਇਹ ਆਖ ਅੰਗੂਠੇ ਲਾਓ ਤੁਹਾਡਾ ਤਬਾਹ ਲੈ ਦੇ ਇਹ ਸਾਡਿਆਂ ਨੇ ਅੰਗੂਠੇ ਨਾ ਲਾਏ ਪਤਰਾਵਾਂ ਨੇ ਨਾ ਲਾਏ
ਇਹਦਾ ਗੁਜਰਾਂ ਲਾ ਤੇ ਹੋਰਨਾਂ ਕੌਮਾਂ ਲਾ ਤੇ ਇਹ ਸਾਡੇ ਤੇ ਮੁਖਾਲਫਤ ਪੈ ਗਈ ਮੁਖਾਲਫਤ ਹੋ ਗਈ ਮੁਖਾਲਫਤ ਹੋ ਗਈ ਬਾਰਾਂ ਪਿੰਡਾਂ ਦਾ ਕਾਫਲਾ ਪਾ ਤੇ ਉਸੋਂ ਇਹ ਸਾਡੇ ਹੁਣ ਨਾਨਕੇ ਰਹਿੰਦੇ ਹਨ ਅਰਨੀ ਵਾਲੇ ਅੱਛਾ ਇਹਨਾਂ ਨੇ ਸਮਾਨ ਤਾਂ ਕੱਢ ਲਿਆ ਇਹਨੇ ਮਗਰ ਵਜਾਇਆ ਕੜੇ ਵੱਡੇ ਇਹਨਾਂ ਨੇ ਭਰ ਲਿਆ ਪਤਰਾਵਾਂ ਪਤਰਾ ਵੀ ਇਹਨਾਂ ਦੇ ਨਾਲ ਜੋੜ ਗਏ ਉਹ ਜਾਤ ਵੀ ਅਤੇ ਸਾਡੀ ਇਹ ਮਗਰ ਭੱਜ ਪਏ ਨੇ ਆਖਿਆ ਉਹਨਾਂ ਨੂੰ ਲੁੱਟ ਲਓ ਗੱਡੇ ਵੀ ਬਲਦ ਵੀ ਖੋਹ ਲਓ ਇਹ ਅੱਗੋਂ ਉੱਥੇ ਸਾਹਮਣੇ ਹੋ ਗਏ ਸਹੀ ਇਹਨਾਂ ਕੋਲ ਵੀ ਅਸਲਾ ਹੈਗਾ ਸੀ ਅੱਛਾ ਵੀ ਕੁਹਾੜੀ ਹੁੰਦੀ ਸੀ ਬੰਦੂਕ ਵਗੈਰਾ ਤਾਂ ਹੁੰਦੀ ਨਹੀਂ ਸੀ ਹਾਂਜੀ ਕਿਸੇ ਤਗੜੇ ਕੋਲ ਉਹ ਕਹਿੰਦਾ ਸਾਹਮਣੇ ਹੋਏ ਤਾਂ ਉਹਨਾਂ ਆਹ ਇਹ ਕੱਪ ਦੇਣ ਅਤੇ ਸਤੇ ਨੇ ਉਹ ਇਹਦਾ ਕਾਫਲਾ ਉੱਥੋਂ ਪਿਛਾਂ ਹਟ ਗਿਆ ਇਹ ਗੱਡੇ ਲੈ ਕੇ ਅਗਾ ਜਾਂਦੇ ਸਹੀ ਇਹ ਫਿਰ ਤੁਸੀਂ ਵੀ ਮਸਲਨ ਜਦੋਂ ਵੰਡ ਹੋਈਏ ਉਦੋਂ ਵੀ ਯਾਨੀ ਕਿ ਤੁਹਾਨੂੰ ਇੱਕ ਕਿਸਮ ਦਾ ਠਾਇਆ ਗਿਆ ਠਾਇਆ ਗਿਆ ਅਤੇ ਕਿਹੜਾ ਸਾਡਾ ਵਡੇਰਾ ਸੀ ਉਹਨੂੰ ਕੁੱਟਿਆ ਉਸ ਬੜਾ ਵੀ ਕਿਸਮ ਦਾ ਮਾਰ ਤੇ ਛੱਡ ਦਿੱਤੇ ਉਸ ਠੀਕ ਹੈ ਉਹ ਮੇਰਾ ਬਾਪ ਗਿਆ ਜਾਂ ਦਾ ਵੀ ਹੁਣ ਉਹ ਮੁਰਦਾ ਤਾਂ ਸਾਨੂੰ ਉਠਾ ਰਹਿਣ ਦੇ ਉਹ ਵੱਲ ਹੋਵੇ ਉਹ ਉੱਠਿਆ ਉਹਨੇ ਮੋਢੇ 'ਤੇ ਹੱਥ ਰੱਖ ਤੇ ਮਸੀਤੇ ਗਿਆ ਲੈ ਅਤੇ ਉਹ ਗੁਰਦੁਆਰਾ ਕੁਵਾਰ ਘੋੜਿਆਂ ਵਾਲੇ ਅਸਤਬਲ ਛੱਡ ਦਿੱਤੇ ਉਸ ਠੀਕ ਉਹ ਸਾਡੇ ਜੋ ਗੱਲ ਕਾਰ ਸੀ ਦਾ ਉਹ ਕਿਹੜੇ ਇਹ ਗਿਆ ਬੋਰ ਵੀ ਕੇਸ ਕਰਨਾ ਇਹਦੇ 'ਤੇ ਉਹਨਾਂ ਨੇ ਆਖਿਆ ਉਹਲੇ ਸਮਾਨ ਵਗੈਰਾ ਅਤੇ ਮਾਲ ਸੀ ਕਿਹੜਾ ਸਾਰੀਆਂ ਵਾਹੀਆਂ ਨੇ ਉਜਾੜ ਦਿੱਤੀਆਂ ਸਾਰਾ ਕੁਝ ਤਬਾਹ ਕਰਤਾ ਇਹ ਕਿਹੜਾ ਗਿਆ ਤਾਂ ਉੱਥੇ ਪੁੱਛਿਆ ਵੀ ਕਿਹਾ ਮੈਂ ਕੇਸ ਕਰਨਾ ਉਹਨੇ ਆਹਾ ਮੀਆਂ ਕਿਹਾ ਕੇਸ ਮੈਂ ਨਾ ਇਹ ਉਲਟ ਪੁਲਟ ਕੋਈ ਹੋਏ ਅਤੇ ਇੱਥੇ ਕੋਈ ਤੇਰਾ ਕੇਸ ਲੈਣ ਵਾਲਾ ਨਹੀਂ ਕੁਛ ਨਹੀਂ ਆਪਦੇ ਘਰਾਂ ਨੂੰ ਹੱਟ ਜਾ ਇਹ ਆ ਗਿਆ ਇਹਨੇ ਪਿਛਲਿਆਂ ਨੂੰ ਦੱਸਿਆ ਵੀ ਆਹ ਗੱਲ ਵੀ ਕਿਸੇ ਨੇ ਅਦਾਲਤ ਕੋਈ ਨਹੀਂ ਰਹੇਗੀ ਚੰਦ ਦਿਨ ਹੋਏ ਤਾਂ ਫਿਰ ਅੱਗੇ 'ਚ ਲਾਸ਼ਾਂ ਆਉਣ ਲੱਗ ਪਈਆਂ ਨਹਿਰ ਦੇ ਅੱਛਾ ਪਿੱਛੇ ਜੰਗਬੰਦੀ ਸ਼ੁਰੂ ਹੋ ਗਈ ਚੱਲਦੀ ਚੱਲਦੀ ਇੱਥੇ ਵੀ ਆ ਗਈ ਯਾਨੀ ਕਿ ਪਹਿਲੇ ਤੁਹਾਨੂੰ ਵੀ ਯਾਨੀ ਕਿ ਮੁਸਲਮਾਨਾਂ ਨੇ ਪਰੇਸ਼ਾਨ ਕੀਤਾ ਵੀ ਹਿੰਦੂਆਂ ਨੇ ਨਹੀਂ ਕੀਤਾ ਜਾਂ ਸਿੱਖਾਂ ਨੇ ਨਹੀਂ ਕੀਤਾ ਹਾਂ ਠੀਕ ਹੈ ਅਤੇ ਵੀ ਉਹਨਾਂ ਹੀ ਤੁਹਾਨੂੰ ਵੀ ਮਸਲਾਂ ਵੀ ਲੁੱਟਣ ਮਾਰਨ 'ਤੇ ਵੀ ਜਿਹੜਾ ਨਾ ਵੀ ਉਹਨਾਂ ਨੇ ਕੰਮ ਸ਼ੁਰੂ ਕੀਤਾ ਮੁਸਲਮਾਨਾਂ ਨੇ ਅੰਗੂਠਿਆਂ ਤੋਂ ਤਬਾਦਲਾ ਨਹੀਂ ਕਰਦੇ ਹੁਣ ਨਹੀਂ ਉੱਠਦੇ ਠੀਕ ਹੈ ਵੀ ਜੇ ਤੁਸੀਂ ਅਗਰ ਉਹਦੀ ਮਰਜ਼ੀ ਦੇ ਮੁਤਾਬਕ ਚੱਲੋ ਤਾਂ ਫਿਰ ਠੀਕ ਸੀ ਹਾਂ ਤੁਸੀਂ ਉਹਦੀ ਮਰਜ਼ੀ ਦੇ ਮੁਤਾਬਕ ਨਹੀਂ ਚੱਲੇ ਤਾਂ ਅਸੀਂ ਆਖਿਆ ਜ਼ਮੀਨ ਦਾ ਟੱਪਾ ਲਾਉਂਦਾ ਵੀ ਅੱਗੇ ਦਾ ਪੰਜਵਾਂ ਹਿੱਸਾ ਵੰਡਦਾ ਉੱਠੇ 'ਚ ਲਾਇਆ ਜਾਂਦੇ ਸਾਡੇ ਕੋਲ ਨਹੀਂ ਛੱਡਣੀ ਅੱਛਾ ਜ਼ਮੀਨ ਉੱਥੇ ਤੁਹਾਡੀ ਆਪਣੀ ਆਪਦੀ ਸੀ ਜਿਹੜੀ ਤੁਸੀਂ ਫਸਲ ਬੀਜਦੇ ਸੀ ਉਹਦੇ 'ਚੋਂ ਪੰਜਵਾਂ ਹਿੱਸਾ ਲੈਂਦਾ ਸੀ ਪੰਜਵਾਂ ਹਿੱਸਾ ਇਹ ਸਰਵਰ ਬੋਦਲਾ ਹਾਂਜੀ ਠੀਕ ਹੈ ਅਤੇ ਜਦੋਂ ਤੁਸੀਂ ਮਸਲਾਂ ਉਸ ਪਿੰਡ 'ਚੋਂ ਉੱਠੇ ਜੀ ਅਰਨੀ ਵਾਲੇ 'ਚੋਂ ਵੰਡ ਵੇਲੇ ਉਜਾੜੇ ਵੇਲੇ ਜਦੋਂ ਅੱਲਾ ਗੁੱਲਾ ਪਿਆ ਅਤੇ ਉਦੋਂ ਤੁਸੀਂ ਕਿਹੜੇ ਪਾਸੇ ਨੂੰ ਮਸਲਾਂ ਵੀ ਨਿਕਲੇ ਸੀ ਇਹ ਅਸੀਂ ਤਾਂ ਸਰਾਵਾਂ 'ਚ ਹੀ ਜਾਂਦੇ ਰਹੇ ਨਾ ਅੱਛਾ ਉੱਥੇ ਮੇਰਾ ਇੱਕ ਚਾਚਾ ਸੀ ਵਿਆਹ ਅਤੇ ਰਕਬਾ ਸੀ ਉਹਨਾਂ ਦਾ ਚਾਚੇ ਦਾ ਤੁਹਾਡੇ ਦਾ ਨਾਂ ਕੀ ਸੀ ਅਜੇ ਰਾਨੀ ਹਾਂਜੀ ਅਜੇ ਰਾਨ ਅੱਛਾ ਅੱਛਾ ਅਤੇ ਉੱਥੇ ਅੱਗੋਂ ਉੱਥੇ ਵੀ ਬੋਤਲੇ ਬੈਠੇ ਹਨ ਉਹ ਆਖਣ ਇੱਥੋਂ ਦੇ ਕੋਲੋਂ ਰੋਜ਼ ਕੱਢੇ ਚਿੱਠੀਆਂ ਵੀ ਇਹਨਾਂ ਨੂੰ ਇੱਥੋਂ ਕੱਢੋ ਉਹ ਕਿਹੜਾ ਬਕੂਆ ਬਣਿਆ ਇੱਕ ਦਿਨ ਵੜਲੇ ਉਜੂ ਪੈ ਕਰਦੇ ਨੇ ਕਿਹੜੇ ਕੰਮ ਸ਼ੁਰੂ ਹੋ ਗਿਆ ਤਾਂ ਅੱਛਾ ਜੰਗਬੰਦੀ ਦਾ ਇਹ ਬੋਤਲੇ ਨੇ ਆਖਿਆ ਵੀ ਮੀਆਂ ਤੁਸੀਂ ਇੱਥੋਂ ਨਿਕਲ ਜਾਓ ਸਾਨੂੰ ਮੀਆਂ ਰੋਜ਼ ਤੰਗ ਕਰਦਾ ਬੰਦੇ ਆਉਂਦੇ ਨੇ ਵੀ ਇਹਨਾਂ ਨੂੰ ਕੱਢੋ ਉਹਨੇ ਆਖ ਵੀ ਨਾ ਤਾਂ ਅਸੀਂ ਤੇਰੇ ਰਿਹਾ ਨਾ ਤੇਰੇ ਥਾਂ 'ਚ ਬੈਠੇ ਥਾਂ ਅਸੀਂ ਆਪਦੇ ਨਾਨਕਿਆਂ ਦੇ 'ਚ ਬੈਠੇ ਅਤੇ ਤੂੰ ਮੈਨੂੰ ਇਹ ਗੱਲ ਕੀ ਆਖੀ ਅਤੇ ਉਹਦੇ ਮੂੰਹ 'ਚ ਨਿਕਲ ਗਈ ਵੀ ਤੇਰੀਆਂ ਪਤਾਲ ਜੜਾ ਨੇ ਇੱਥੇ ਤੂੰ ਰਹੀ ਤੈਨੂੰ ਕੀ ਪਤਾ ਅੱਗੋਂ ਦਿਨ ਦੇ 12 ਵਜੇ ਸੁਬਹਾ ਦੀ ਗੱਲ ਹੈ ਮਿੰਟਰੀ ਆ ਗਈ ਉਹਨਾਂ ਆਖਿਆ ਵੀ 12 ਵਜੇ ਤੋਂ ਪਹਿਲੋਂ ਸਰਾਵਾਂ ਵਿਹਲੀਆਂ ਕਰ ਦਿਓ ਨਹੀਂ ਤਾਂ ਤੁਹਾਡਾ ਬੱਚਾ ਨਹੀਂ ਛੱਡਣਾ ਮਿਲਟਰੀ ਵਾਲਿਆਂ ਨੇ ਆਖਿਆ ਮਿਲਟਰੀ ਵਾਲਾ ਕਾਫਲਾ ਨੇ ਤੂੰ ਮੇਰੇ ਤੋਂ ਅੱਗੇ ਮੈਂ ਤੇਰੇ ਤੋਂ ਅੱਗੇ ਇਹਨਾਂ ਨੇ ਗੜਬੈਲ ਬਣਾ ਲਈ ਸਤਰ ਵਿੱਚ ਬਾਹਰ ਕੁਦਰਤੀ ਗੱਡਾ ਸਾਡਾ ਇਹਨਾਂ ਦੇ ਮਗਰ ਲੱਗ ਗਿਆ ਉਹ ਕਿਹੜਾ ਲੱਗ ਗਿਆ ਤਾਂ ਸਰਕਾਰ ਮੇਰੀ ਉਹ ਬਾਹਰ ਦਿਨ ਸੀ ਹੱਥ ਮਗਰ ਗੱਡੇ ਨੇ ਹੁੰਦਾ ਤਾਂ ਮਗਰਲਾ ਪੱਲਾ ਹੀ ਚਾਹ ਅਤੇ ਉਹਨੂੰ ਕੋਈ ਖਾਲ ਗੁੜ ਲੱਭ ਜਾਂਦਾ ਉਹ ਬਾਹਰ ਦਿਨ ਕਿਹੜੇ ਬੋਥ ਮਾਰਿਆ
ਤੇ ਉਹ ਅੱਗੋਂ ਟੋਪੀ ਵਾਲਾ ਵਿੱਚ ਸੀ ਉਹ ਨਾ ਔਰਤਾਂ ਦੇ ਨਾਲ ਉਹ ਆਉਂਦਾ ਮੀਆਂ ਮਾੜਾ ਜਿਹਾ ਠੱਲ ਤੇ ਆ ਸਾਡੇ ਸਦਰ ਪਹਾੜ ਨਾ ਉਹਨੇ ਆਹ ਮੀਆਂ ਇਹ ਤਾਂ ਰੱਬੋ ਹੀ ਪਾਠ ਗਏ ਨੇ ਇਹ ਬਲਦ ਤਾਂ ਕੁਛ ਆਇਆ ਲੱਭਦਾ ਮੈਂ ਕੀ ਪਾੜਨਾ ਨੇ ਬਲਦ ਨੇ ਮੂੰਹ ਮਾਰਿਆ ਅਗਾਂਹ ਮੁੜ ਗੋਲੀ ਚੱਲ ਗਈ ਇੱਥੇ ਬੀਕਾਨੇਰ ਤੇ ਤੁਸੀਂ ਕਾਫਲੇ ਦੇ ਨਾਲ ਹੀ ਆਏ ਜੇ ਕਾਫਲੇ ਦੇ ਅਤੇ ਉਹ ਕਾਫਲਾ ਜਿਹੜਾ ਤੁਹਾਡਾ ਜਦੋਂ ਬੀਕਾਨੇਰ 'ਤੇ ਆਇਆ ਤਾਂ ਉੱਥੇ ਗੋਲੀ ਮਿਲਟਰੀ ਨੇ ਚਲਾ ਤੀ ਇਹਨਾਂ ਨੇ ਉੱਥੇ ਪੰਜਾਬ ਕਿਹੜਾ ਟਾਵਰ ਸੀ ਉੱਥੋਂ ਫਾਇਰ ਕਰ ਦਿੱਤੇ ਜਿਹੜਾ ਤੁਹਾਡੇ ਪਿੰਡ ਟਾਵਰ ਸੀ ਹਾਂ ਉੱਥੋਂ ਫਾਇਰ ਕਰਨੇ ਸ਼ੁਰੂ ਕਰਤੇ ਨਹੀਂ ਨਹੀਂ ਉਸ ਪੁਲ ਤੋਂ ਅੱਛਾ ਉਸ ਪੁਲ ਤੋਂ ਕਿੱਥੋਂ ਲੱਗਣਾ ਸੀ ਅਸੀਂ ਉਰਾਂ ਪਾਕਿਸਤਾਨ ਨੂੰ ਉੱਥੇ ਫਾਇਰ ਸ਼ੁਰੂ ਕਰਤੇ ਜਿਹੜਾ ਫਾਇਰ ਕੀਤੇ ਤਾਂ ਉਹਨਾਂ ਆਖਿਆ ਵੀ ਲੈਂਦੇ ਨੇ ਇਹਨਾਂ ਨੇ ਮੁੜ ਬਾਦਲ ਪਾ ਤੇ ਗੱਡੇ ਕ ਅੱਗੋਂ ਰੁਕ ਗਏ ਸੜਕ ਤੋਂ ਪਿਛਲੇ ਕਿਵੇਂ ਲੱਗੂ ਨੇ ਕਿਹੜੇ ਅਗਲੇ ਚਾਹ ਸੱਟੀਆਂ ਟਾਲੀਆਂ ਕਿਹੜਾ ਕੋਈ ਰੁੜਕਾਈ ਵੀ ਗਿਆ ਉਹ ਤਾਂ ਨਿਕਲ ਗਿਆ ਅਤੇ ਕਿੰਨਾ ਨੇ ਸੜ ਤੇ ਸਾਡੇ ਗੱਡੇ ਭਰੇ ਭਰਾਏ ਉੱਥੇ ਗਏ ਉੱਥੇ ਇਹਨਾਂ ਨੇ ਮਾਰ ਕੁਟਾਈ ਸਾਡੇ ਕੋਲੋਂ ਕੁਹਾੜੀ ਸੀ ਤਾਂ ਛਾਟ ਸੀ ਤਾਂ ਡਾਂਗ ਰਹੇ ਅਤੇ ਅੱਗ ਲਾਉਣੀ ਸ਼ੁਰੂ ਕਰਤੀ ਬੱਚਿਆਂ ਨੂੰ ਤਰੁੱਪਣਾ ਸ਼ੁਰੂ ਕਰਤਾ ਬਰਛੀਆਂ ਨਾਲ ਨਹਿਰ 'ਚ ਮਾਰਨੇ ਬਾਅਦ ਗਏ ਮਾਵਾਂ ਨੇ ਬੱਚੇ ਕਿਹੜਾ ਬੂਟਿਆਂ ਹੇਠ ਸੱਤੇ ਸਾਰੀਆਂ ਜਾਨਾਂ ਲੈ ਤੇ ਅਤੇ ਅਸੀਂ ਇਹ ਤੁਹਾਡੇ ਕਾਫਲੇ 'ਤੇ ਯਾਨੀ ਕਿ ਜਿਹੜਾ ਹਮਲਾ ਹੈ ਉਹਦੀ ਗੱਲ ਸੁਣਾ ਦਿੱਤੀ ਹਾਂ ਉਹਦੀ ਗੱਲ ਤੁਹਾਡੇ ਅੱਖੀ ਵੇਖਣ ਦੀ ਗੱਲ ਹਾਂ ਅਸੀਂ ਦੋ ਮੈਂ ਤਾਂ ਛੋਟਾ ਸੀ ਉਹ ਨਹੀਂ ਟੁੱਟਦਾ ਸੀ ਮੈਂ ਬੱਚਣ ਤਰੁੱਕਣ ਵਾਲਾ ਸਾਂ ਸਹੀ ਕਿਹੜਾ ਸਾਡੇ ਨਾਲ ਸੀ ਉਹ ਪਿਓ ਦਾ ਬਣੇਵਾਂ ਸੀ ਉਹ ਵੀ ਛੱਡਤੇ ਤੇ ਭੱਜਿਆ ਜਾਵੇ ਸੱਤ ਹੁਣ ਲੱਥਾਂ ਨਾ ਜਾਵੇ ਨਾ ਮੈਂ ਨਿੱਕੇ ਨੂੰ ਛੱਡਾਂ ਮਾਂ ਪਿਓ ਰੋਲ ਗਿਆ ਕਿਹੜੇ ਭਾਜੜ ਪਈ ਤਾਂ ਵੀ ਪਤਾ ਹੀ ਨਾ ਕਿੱਧਰ ਗਿਆ ਮੈਂ ਕਿੱਧਰ ਗਿਆ ਤੂੰ ਕਿੱਧਰ ਗਿਆ ਅਤੇ ਮੈਂ ਕਿੱਧਰ ਗਿਆ ਉਹ ਸਰਕਾਰ ਮੇਰੀ ਉਹਨੂੰ ਮੈਂ ਆਵਾਜ਼ ਮਾਰੀ ਆ ਬਾਬਾ ਸਾਨੂੰ ਹੇਠਾਂ ਲਾਈ ਜਾ ਅਸੀਂ ਕਿਸੇ ਬੂਟੇ ਹੇਠ ਸਿਰ ਦੇ ਆਪ ਕੱਪੀ ਜਾਂਦੇ ਨੇ ਗਏ ਤਾਂ ਆਪਣੇ ਉਹਦਾ ਰੱਬ ਕਰਾਇਆ ਉਹ ਪਿਛਾਂ ਹਟਿਆ ਉਹਨੂੰ ਮੋਢੇ 'ਤੇ ਬਾਰਿਆ ਮੈਨੂੰ ਉਂਗਲ ਜਪਦਾਈ ਚੱਲ ਸੋਚਾ ਅੱਛਾ ਉਹ ਬਾਬਾ ਜਿਹੜਾ ਤੁਹਾਡੇ ਆਪਣਾ ਵਾਲਦ ਦਾ ਪਨੇਵਾ ਸੀ ਹਾਂ ਅੱਛਾ ਉਹਨੇ ਸਾਨੂੰ ਲਾਇਆ ਨੇ ਸਾਨੂੰ ਵੀ ਘੁਮਾਰਿਆ ਅਤੇ ਭਰਾ ਵੇਚਿਆ ਸੱਟਿਆ ਉਹ ਜਿਹਨੇ ਤੁਹਾਨੂੰ ਵੀ ਮਸਲਾਂ ਵੀ ਨਾਲ ਲਿਆ ਉਹਦਾ ਨਾਂ ਕੀ ਸੀ ਜੋਧਾ ਜੋਧਾ ਤੁਹਾਡੇ ਵਾਲਦ ਸਾਹਿਬ ਦਾ ਭਾਣਜਾ ਸੀ ਹਾਂਜੀ ਉਹਨੇ ਤੁਹਾਡੇ 'ਤੇ ਨੇਕੀ ਕੀਤੀ ਹਾਂ ਫਿਰ ਤਾਂ ਬੜਾ ਜ਼ੁਲਮ ਹੋਇਆ ਉਦੋਂ ਤੁਹਾਡੇ ਕਾਫਲੇ 'ਤੇ ਬੜਾ ਕਾਫਲੇ 'ਤੇ ਇਹ ਜਿਵੇਂ ਤੁਸੀਂ ਗੱਲ ਕਰਦੇ ਪੈ ਜੇ ਹਾਂ ਇਹ ਤੁਹਾਡੇ ਕਾਫਲੇ 'ਤੇ ਫਿਰ ਇਹਦਾ ਮਤਲਬ ਵੀ ਹਮਲਾ ਜਿਹੜਾ ਕਰਾਇਆ ਗਿਆ ਜਾਂ ਕੀਤਾ ਗਿਆ ਉਹ ਫਿਰ ਇਹ ਜਿਹੜਾ ਬੋਤਲਾ ਸੀ ਉਹਨੇ ਫਿਰ ਸਾਰੀ ਗੱਲ ਵੀ ਕਰਵਾਇਆ ਬੋਤਲਾ ਵਿੱਚ ਸੀ ਨਾਲ ਹੀ ਮੁਲਕ ਸਨ ਕੋਈ ਇੱਕ ਸੀ ਆਪਣਾ ਪਿੰਡ ਸਹੀ ਸਹੀ ਮੁਲਕ ਸੀ ਦਾ ਉੱਥੇ ਪਿੰਡ ਇਕੱਠੇ ਹੋਏ ਕਿੱਡਾ ਕੁ ਵੱਡਾ ਕਾਫਲਾ ਸੀ ਤੁਹਾਡਾ ਬੜਾ ਲੰਮਾ ਚੌੜਾ ਦੱਸਦੇ ਨੇ 2-3 ਮੀਲ ਦਾ ਹੋਇਆ ਹਾਂ ਕਿੰਨਾ ਮੇਲਾਂ ਦੇ ਵਿੱਚ ਸੀ ਇਹ ਫਿਰ ਤੁਸੀਂ ਵੀ ਜਦੋਂ ਪਿੰਡ ਛੱਡ ਕੇ ਅਤੇ ਵੀ ਕਾਫਲਾ ਤੁਹਾਡੇ 'ਤੇ ਹਮਲਾ ਆਇਆ ਜਦੋਂ ਤੂੰ ਬਚ ਬਚਾ ਗਿਆ ਵੀ ਬਚਦੇ ਬਚਾ ਜਾਨਾਂ ਤੁਹਾਡੀਆਂ ਕਈ ਬਚ ਗਈਆਂ ਕਈ ਮਸਲਾਂ ਵੀ ਸ਼ਹੀਦ ਹੋ ਗਏ ਮਾਰੇ ਗਏ ਨਹੀਂ ਸਾਡੀ ਕੌਮ 'ਚੋਂ ਨਹੀਂ ਕੋਈ ਮਰਿਆ ਸਾਂ ਵੇਖਿਆ ਕੋ ਆਦੀ ਆਈ ਨਾਲ ਤਾਂ ਮਰ ਗਿਆ ਤਾਂ ਉਹ ਤਾਂ ਵੱਖਰਾ ਵੀ ਨਾ ਜੁੱਤੀ ਰਹਿ ਗਈ ਸਿਰ 'ਤੇ ਨਾ ਪਗੜੀ ਰਹਿ ਗਈ ਆ ਮੱਝ ਵਾਲੀ ਦੇ ਗਾਲ ਵਾਲਾ ਚੱਗਾ ਰਹਿ ਗਿਆ ਤੁਹਾਡੀ ਕੌਮ ਦਾ ਕੋਈ ਬੰਦਾ ਉੱਧਰ ਰਹਿ ਗਿਆ ਹੋਵੇ ਹਿੰਦੁਸਤਾਨ ਕੋਈ ਨਹੀਂ ਸਾਰੇ ਇੱਧਰ ਆ ਗਏ ਸਨ ਅਮਨ ਨਾ ਆ ਗਏ ਉਸ ਇਸ ਗੱਲ ਸਹੀ ਵੀ ਬਚ ਗਏ ਬਚ ਗਏ ਬਾਕੀ ਜਿਹੜੇ ਨਾ ਵੀ ਉਹਨਾਂ 'ਤੇ ਹਮਲਾ ਹੋਇਆ ਕਈ ਵੀ ਮਾਰੇ ਗਏ ਤੁਹਾਡੇ ਅੱਖੀ ਵੇਖਣ ਦੀ ਗੱਲ ਬੜਾ ਕੱਪੇ ਇਹਨਾਂ ਚੂੜਿਆਂ ਨੇ ਅਤੇ ਸਿੱਖਾਂ ਨੇ ਬੜਾ ਆਦਮ ਕੱਪਿਆ ਸਿਵਲ ਬੰਦੇ ਸਨ ਉਹ ਜਿਹੜੇ ਮਾਰਨ ਵਾਲੇ ਸਨ ਹੈ ਉਹ ਆਮ ਬੰਦੇ ਸਿਵਲ ਬੰਦੇ ਸਨ ਬੰਦਿਆਂ ਨੂੰ ਮਾਰਨ ਵਾਲੇ ਕਿ ਮਿਲਟਰੀ ਵਾਲੇ ਮਾਰਦੇ ਸਨ ਇਹ ਆਮ ਤਾਂ ਹੁਣ ਚੂੜੇ ਅੱਛਾ ਦੂਏ ਮਿਲਟਰੀ ਵਾਲੇ ਹੁਣ ਮਾਰਨ ਵਾਲੇ ਮਿਲਟਰੀ ਵਾਲੇ ਵੀ ਮੁਸਲਮਾਨਾਂ ਨੂੰ ਮਾਰਦੇ ਮਾਰਦੇ ਉਹ ਜਿਹੜੀ ਮਿਲਟਰੀ ਸੀ ਉਹ ਕਿਹੜੀ ਮਿਲਟਰੀ ਵੱਜਦੀ ਸੀ ਗੋਰਖਾ ਸੀ ਮਿਲਟਰੀ ਜਾਂ ਆਪਣਾ ਸਿੱਖ ਅੱਛਾ ਸਿੱਖ ਠੀਕ ਫਿਰ ਤੁਸੀਂ ਇਹ ਆਪਣਾ ਬਾਰਡਰ ਕਿਹੜਾ ਕ੍ਰਾਸ ਕੀਤਾ ਉਰਾਂ ਨੂੰ ਪਾਕਿਸਤਾਨ 'ਚ ਇਹ ਅਗੰਡਾ ਸਿੰਘ ਵਾਲਾ ਹੈਡ ਟੱਪੇ ਉਹ ਕਸੂਰ ਵਾਲਾ ਹਾਂਜੀ ਸਹੀ ਉੱਥੋਂ ਫਿਰ ਤੁਸੀਂ ਮਸਲਾਂ ਵੀ ਐਡ ਗੰਡਾ ਸਿੰਘ ਸਿੰਘ ਜਿਹੜਾ ਸੀ ਉਹ ਬਾਰਡਰ ਉਹ ਐਡ ਹਾਂਜੀ ਉੱਥੋਂ ਆਸਾਨੀ ਨਾਲ ਜਗ੍ਹਾ ਲੰਘ ਗਿਆ ਸਰ ਕਿ ਉੱਥੇ ਵੀ ਕੋਈ ਸੀ ਰੁਕਾਵਟ ਨਹੀਂ ਆਸਾਨੀ ਨਾਲ ਲੰਘ ਗਿਆ ਕੁਛ ਜਿੰਨਾ ਚਿਰ ਆਪਣਾ ਪਾਕਿਸਤਾਨ ਨਹੀਂ ਆ ਕੋਈ ਝੂੜਿਆਂ ਨੇ ਵੱਡਾ ਟੁੱਕੀ ਕੀਤੀ ਉਸ ਐਡ 'ਤੇ ਵੀ ਐਡ ਤੋਂ ਲੱਗਿਆ ਤੋਂ ਠੀਕ ਹੈ ਅਤੇ ਉੱਥੇ ਉਸ ਐਡ 'ਤੇ ਆਪਣੀ ਫੌਜ ਕੌਣ ਸੀ ਮੁਸਲਮਾਨਾਂ ਦੀ ਕੋਈ ਮੁਸਲਮਾਨਾਂ ਦਾ ਬੰਦਾ ਨਹੀਂ ਸੀ ਆਹ ਠਾਣੇ ਵਾਲੇ ਹੈਗੇ ਹੁਣ
अकड़े थाने हुण जिवें बैठा सदर है दूआ है किन्ने ये थाने वाले बंदे नहीं कढ़दे सन। फिर तुसीं ऐड तो आगे किधर नूं गए? असीं आ गए इत्थे बार्डर दे उत्ते जांडा वाला है सलीम खान दा, ओह उरले मने हाँ पाकिस्तान च आ गए। अच्छा अच्छा, उस पिंड च आ गए जांडा वाले? हाँ इत्थे साडे बिरादरी दे बंदे बैठे हन पहले दे ही। हाँ अच्छा, भुख वापर भुख तां पता लगी तंग कर दी। हाँ जी हाँ जी, वो साडे नाल इक बैठ सी ਉਹ ਘਰੇ ਰਲੀ ਆਈ, ਉੱਥੇ ਇਹਨਾਂ ਨੇ ਉਹ ਜ਼ਿਬਾ ਕੀਤੀ। ਉੱਥੋਂ ਭਾਂਡਾ ਲਾਇਆ ਤੇ ਕੋਈ ਲੂਣ ਮਿਰਚ ਵਿੱਚ ਸੱਟਿਆ, ਬੋਟ ਬਣਾ ਤੇ ਤੈਨੂੰ ਇੱਕ ਬੋਟੀ ਦਿੱਤੀ, ਕੌਣ ਨੂੰ ਇੱਕ ਮੈਨੂੰ, ਉਹ ਅਸੀਂ ਪਾਣੀ ਪੀ ਤੇ ਗੁਜ਼ਾਰਾ ਕੀਤਾ ਸਹੀ। ਅਤੇ ਉਹ ਜਾਂਡਾਲੇ ਤੋਂ ਫਿਰ ਆਗਾ ਜਾਂਡਾਲੇ ਕਿੰਨੇ ਦਿਨ ਰਹੇ ਤੁਸੀਂ? ਜਾਂਡਾਲੇ ਉੱਥੇ ਕੋਈ ਦਿਨ ਰਹੇ, ਅੱਗੋਂ ਮੁੜ ਸਾਨੂੰ ਦਰਿਆ ਲੱਗਣਾ ਪੈ ਗਿਆ। ਦਰਿਆ ਵਾਲਿਆਂ ਉਹ ਕਿਹੜਾ ਕੋਈ ਬਚਿਆ ਬਚਾਇਆ ਸ਼ਾਇਦ ਕੋਈ ਡੱਬ 'ਚ ਕੱਤੀ ਜਾਂ ਕੋਈ ਪੈਸੇ ਨੇ ਉਹਨਾਂ ਦਾ ਹਾਲ ਹੈ। ਉਹ ਦਰਿਆ ਵਾਲਿਆਂ ਨੇ? ਹਾਂ ਬੇੜੀ ਵਾਲੇ ਸਨ, ਬੇੜੀ ਵਾਲੇ ਮੁਲਾਮਾਂ ਨੇ, ਉਹਨਾਂ ਰੋਟੀ ਡਾਹੀ ਖੜੇ। ਠੀਕ, ਵੀ ਜਿਹੜਾ ਕੋਲ ਪੈਸਾ ਧੇਲਾ ਸੀ ਉਹਨਾਂ ਨੇ ਲੈ ਲਿਆ? ਹਾਂ, ਉੱਥੋਂ ਮੁੜਾ ਤੇ ਗੱਡੀ 'ਚ ਬਹਿ ਗਿਆ, ਰੇਲ ਗੱਡੀ 'ਤੇ, ਰੇਲ ਗੱਡੀ 'ਚ। ਅੱਛਾ, ਅੱਗੋਂ ਪਾਕ ਪਤਨਾ ਸਟੇਸ਼ਨ 'ਤੇ ਆ ਤੇ ਲੱਥੇ। ਅੱਛਾ, ਉਹ ਅੱਲਾ ਦੀ ਕੁਦਰਤ ਇਸ ਪਿੰਡ 'ਚ ਆ ਗਏ। ਇਹ ਪਿੰਡ ਜਿਹੜੇ 'ਚ ਆਪਾਂ ਬੈਠੇ ਹਾਂ, ਇਹ ਕਿਹੜਾ ਪਿੰਡ ਹੈ? ਇਹ 17 ਚੱਕ ਹੈ। 17 SP? ਹਾਂਜੀ, 17 SP ਰਾਈਟ। ਅੱਛਾ, ਇੱਥੇ ਫਿਰ ਆ ਗਏ? ਹਾਂ, ਇਹ ਮਹਾਤਮ ਸਨ ਇੱਥੇ ਬੈਠੇ ਆਪਣੇ ਤੋਂ ਪਹਿਲਾਂ। ਤੁਹਾਡੇ ਆਉਣ ਤੋਂ ਇੱਥੇ ਪਹਿਲੇ ਮਹਾਤਮ ਸਨ ਰਹਿੰਦੇ? ਹਾਂ, ਵਿੱਚ ਚੰਦਗਾਰ ਆਪਣੇ ਮੁਸਲਮਾਨਾਂ ਦੇ ਹੈਗੇ ਨੇ। ਜਿਹੜੇ ਮੁਸਲਮਾਨਾਂ ਦੇ ਘਰ ਨੇ, ਹਾਂਜੀ, ਉਹ ਇੱਥੇ ਅਜੇ ਮੌਜੂਦ ਨੇ? ਜਿਹੜੇ ਪਹਿਲੇ ਦੇ ਰਹਿਣ ਵਾਲੇ ਸਨ ਇੱਥੇ ਮੌਜੂਦ ਨੇ? ਅੱਛਾ, ਉਹਨਾਂ ਦੇ ਕੋਈ ਨਾਂ ਸਾਧ ਵੱਡਿਆਂ ਦੇ ਦੱਸੋ ਹਾਂ ਵੀ ਕੀ ਨਾਂ ਨੇ ਜਿਹੜੇ ਪਹਿਲੇ ਦੇ ਰਹਿਣ ਵਾਲੇ ਨੇ? ਉਹ ਇੱਕ ਮਿਆਂ ਮੰਦੀਨ, ਔਰ ਉਹ ਇਹਨਾਂ ਤਰਖਾਣਾਂ ਦੇ ਵਿੱਚ ਸਨ, ਜਮਾਂ ਦਾ ਵਰੀ ਦਾ ਤਾਂ ਪਿਓ ਇਹਨਾਂ ਦਾ ਨਾਂ ਨੂਰ ਮੁਹੰਮਦੀ ਦਾ। ਇਹਨਾਂ ਨੂੰ ਸਿੱਖ ਆ ਦਿਆ ਮਿਲਦਾ ਰਿਹਾ, ਹੁਣ ਤਾਂ ਹੀ ਮੁੜੋ ਮਰ ਗਿਆ ਵਿਚਾਰਾ। ਅੱਛਾ, ਇਹ ਜਿਹੜੇ ਆਪਣੇ ਮੁਸਲਮਾਨ ਇੱਥੇ ਪਹਿਲੇ ਬੈਠੇ ਸਨ ਇਹ 17 ਚੱਕ 'ਚ, 17 SP 'ਚ, ਉਹ ਕੋਈ ਜ਼ਿਮੀਂਦਾਰ ਆ ਵੀ ਉਹਨਾਂ ਦੀ ਜ਼ਮੀਨ ਜ਼ਮੂਨ ਵੀ ਆਦੀ ਹੈਗੀ ਸੀ? ਨਹੀਂ, ਜ਼ਮੀਨ ਕੋਈ ਸੀ ਇਹਨਾਂ ਦੀ, ਜ਼ਮੀਨ ਮਹਾਤਮਾ ਦੀ ਸੀ? ਜ਼ਮੀਨ ਮਹਾਤਮਾ ਦੀ, ਇਹਨਾਂ ਕੋਲ ਮਾਲ ਮੰਨੀ ਬੜੇ ਸਨ, ਮਹਾਤਮਾ ਨਾਲ ਜ਼ਮੀਨ ਵਾਲਿਆਂ ਨਾਲ ਤਗੜੇ ਹਨ। ਸਹੀ, ਅਤੇ ਜਦੋਂ ਤੁਸੀਂ ਇੱਥੇ ਵੀ ਆਏ ਜੇ, ਹਾਂਜੀ, ਇੱਥੇ ਕੋਈ ਮਸੀਤ ਖੜੀ ਸੀ? ਮਸੀਤ ਹੈਗੀ ਸੀ ਇਸ ਪਿੰਡ 'ਚ? ਮਸਜਿਦ ਹੈਗੀ ਸੀ, ਆ ਗੁਰਦੁਆਰਾ ਵੀ ਇਹਨਾਂ ਦਾ ਸੀ। ਗੁਰਦੁਆਰਾ ਹੈਗਾ ਕਿ ਖਤਮ ਹੋ ਗਿਆ? ਉਹ ਤਾਂ ਹੁਣ ਕੋਠੀ ਪਾਈ ਬੈਠੇ ਨੇ ਕੋਈ ਚੌਧਰੀ ਹੈ ਸਾਡਾ ਉਹ। ਅੱਛਾ, ਅਤੇ ਇਹ ਜਿਹੜਾ 17 ਚੱਕ ਏ, ਹਾਂਜੀ, ਇੱਥੋਂ ਪਾਕ ਪਤਨ ਸ਼ਹਿਰ ਕਿੰਨਾ ਪਾਉਂਦੇ? 3 ਮੀਲ। 3 ਮੀਲ? ਹਾਂਜੀ। ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਵੰਡ ਹੋਈ ਏ, ਹਾਂਜੀ, ਉਜਾੜੇ ਜਿਹੜੇ ਪਏ ਨੇ, ਤੁਹਾਡੇ ਜ਼ਿਹਨ ਦੇ ਮੁਤਾਬਕ ਉਹ ਵੰਡ ਸਹੀ ਹੋਈ ਏ? ਨਹੀਂ, ਗਲਤ ਹੋਈ। ਕਿਸ ਤਰ੍ਹਾਂ? ਇੱਕ ਬਾਰਡਰ 'ਤੇ ਘੋੜਾ ਟੋੜਿਆ ਗਿਆ। ਹਾਂ, ਉਹ ਦੀ ਦੇਣਾ ਉਰਾ ਲਾਈ ਆਇਆ। ਅੱਛਾ, ਮੁੜੇ ਬਾਬੇ ਕਾਇਦੇ ਆਦਮ ਨੇ ਉੱਥੇ ਖਾਲੀ ਮਾਰਤੇ ਅਤੇ ਕੋਲਾ ਪੂਰਿਆ। ਸਹੀ, ਅਤੇ ਕਿਸੇ ਵਕਤ ਰੌਲਾ ਪੈ ਜਾਵੇ ਅਤੇ ਕੋਲਾ ਤਾਂ ਗਲਦਾ ਨਹੀਂ, ਪੱਥਰ ਦਾ ਸੀ ਜਾਂ ਦੂਆ ਲੱਕੜ ਦਾ ਸੀ। ਸਹੀ, ਉਹ ਘੋੜਾ ਉਰਾ ਹੇਠਾਂ ਹੀ ਲਾਈ ਆਇਆ ਆਪਣੇ ਮਣੇ, ਪਰਾ ਨਹੀਂ ਆਇਆ ਸੋ ਵੀ ਉਹਦਾ ਚੜ ਜਾਈਏ, ਆਹ ਕੋਈ ਹਿੱਸਾ ਕਸੂਰ ਦਾ ਵਿੱਚੋਂ ਲੈ ਗਏ ਉਹ ਆਪਣੇ। ਸਹੀ, ਕਈ ਜ਼ਿਲ੍ਹੇ। ਅਤੇ ਜਿਹੜੀ ਤੁਹਾਡੇ ਕੋਲ ਉੱਥੇ ਜ਼ਮੀਨ ਸੀ ਜਿਹੜਾ ਰਕਬਾ ਸੀ, ਹਾਂਜੀ, ਉਹ ਤੁਹਾਨੂੰ ਇੱਥੇ ਪਾਕਿਸਤਾਨ 'ਚ ਪੂਰਾ ਮਿਲਿਆ? ਪੂਰਾ, ਜਿੰਨਾ ਉੱਥੇ ਸੀ? ਹਾਂਜੀ, ਵੀ ਰਕਬਾ ਤੁਹਾਡਾ ਨਹੀਂ ਕਟੀਜਿਆ? ਨਹੀਂ, ਕਈ ਲੋਕ ਇਸ ਚੀਜ਼ ਦਾ ਸ਼ਿਕਵਾ ਕਰਦੇ ਨੇ ਕਿ ਵੀ ਉਹਨਾਂ ਕੋਲ ਉੱਥੇ ਪਿੱਛੇ ਰਕਬਾ ਜ਼ਿਆਦਾ ਸੀ, ਇੱਥੇ ਉਹਨਾਂ ਰਕਬਾ ਥੋੜ੍ਹਾ ਨਹੀਂ ਚੱਕਰਿਆ, ਉਹਨਾਂ ਨਹੀਂ ਚੱਕਰਿਆ। ਹਾਂਜੀ, ਉਹਨਾਂ ਦੇ ਨਾਂ ਤਾਂ ਕਿੰਨਾ ਹੋਰ ਨਾ ਪਟਵਾਰੀਆਂ ਚੱਟੀ ਵੱਡੀਆਂ ਲੈ ਤੇ ਪਵਾਲ ਤੁਹਾਨੂੰ ਯਾਨੀ ਕਿ ਪੂਰਾ ਮਿਲ ਗਿਆ? ਸਾਨੂੰ ਪੂਰਾ ਮਿਲ। ਫਿਰ ਤੁਸੀਂ ਜਦੋਂ ਵੀ ਉੱਥੋਂ ਪਿੱਛਾ ਲਟੀਜ ਪਟੀਜ ਕੇ ਆਏ, ਹਾਂਜੀ, ਤੁਹਾਡੇ ਕਾਫਲੇ ਦੇ ਵਿੱਚ, ਕਾਫਲੇ 'ਤੇ ਅਮਲ ਹੋਇਆ, ਕਾਫਲੇ ਦੇ ਲੋਕਾਂ ਦੀਆਂ ਜਾਨਾਂ ਵੀ ਗਈਆਂ। ਹਾਂਜੀ, ਤੁਹਾਨੂੰ ਰੱਬ ਨੇ ਜ਼ਿੰਦਗੀ ਦਿੱਤੀ, ਤੁਸੀਂ ਇੱਥੇ ਆ ਗਏ ਜੀ, ਉਦੋਂ ਇੱਥੇ ਫਸਲਾਂ ਕਿਹੜੀਆਂ ਖੜੀਆਂ ਸਨ? ਇੱਥੇ ਕਮਾਨ ਖੜੇ ਸਨ ਦੇ ਇਹਨਾਂ ਹਿੰਦੂਆਂ ਦੇ। ਅੱਛਾ, ਉਹ ਮੁੜ ਸਾਨੂੰ ਪਾਲੋ ਕਿੱਲਾ ਜੀ ਲਾ ਠੱਕੀ ਸੀ ਉਹਨੇ। ਅੱਛਾ, ਇਹ ਮਗਰੋਂ ਮੁੜ ਕਾਗਜ਼ਾਤ ਉੱਧਰ ਉੱਧਰ ਹੀ ਗਏ, ਉਹਨਾਂ ਦੇ ਇੱਧਰੋਂ ਆਪਣੇ ਉੱਧਰੋਂ ਇੱਧਰ ਆ ਗਏ। ਹਾਂਜੀ, ਮੁੜੇ ਅਲਾਟਮੈਂਟ ਹੋਈ,
ਜ਼ਮੀਨਾਂ ਸਹੀ ਸਹੀ ਉਹ ਅਸੀਂ ਉਹ ਨਾਲ ਕਮਾਂਦ ਪੀੜ ਤੇ ਜਿਵੇਂ ਆਪਾਂ ਵੀ ਘਰ ਹੈ ਜਿੱਦਾਂ ਉਹਲੇ ਉਹ ਆਦਾ ਵੰਡ ਲੈਣੀਆਂ ਪੇੜੀਆਂ ਕਿਵੇਂ ਕਿਵੇਂ ਆਵਣੀਆਂ ਘਰ ਨੂੰ ਤੇ ਉਹ ਟੱਗੇ ਟੁੱਗੇ ਫਿਰ ਕਿੱਥੋਂ ਲਿਆ ਵੀ ਮਾਲ ਪੁੱਛ ਤਾਂ ਤੁਹਾਡਾ ਉਹਨਾਂ ਨੇ ਖੋਲਿਆ ਟੱਗੇ ਇੱਥੇ ਧੀਰੇ ਤੁਹਾਡੇ ਛੱਡ ਗਏ ਹੁਣ ਦੇ ਕੋਈ ਡੰਗਰ ਅੱਛਾ ਉਹ ਉਹਨਾਂ ਦੇ ਇੱਥੇ ਰਹਿ ਗਏ ਇੱਥੇ ਰਹਿ ਗਏ ਵੀ ਕਿਵੇਂ ਕੋਈ ਡਰ ਤੇ ਚੜ ਗਿਆ ਕੋਈ ਉਹਨੇ ਛੱਡ ਗਏ ਉਹ ਮੁੜ ਸਾਡੇ ਇੱਕ ਚੌਰੀ ਠੰਡਦਾਰ ਸੀ ਅੱਲਾ ਉਹਨੂੰ ਜੰਨਤ ਦੇਵੇ ਬੰਦਾ ਬੜਾ ਮੁਸਲਮਾਨ ਸੀ ਹਾਂਜੀ ਹਾਂਜੀ ਪਿਛਾਂ ਵੀ ਸਾਨੂੰ ਜਾਣਦਾ ਉਹ ਜਦੋਂ ਸਾਡੇ 'ਤੇ ਹਮਲਾ ਇਹਨੇ ਕੀਤਾ ਉਦੋਂ ਉਹ ਖੁਦ ਸਾਡੇ ਚਾਚੇ ਫੜ ਤੇ ਲੈ ਗਿਆ ਮੇਰੀ ਦਾਦੀ ਰੋਣ ਲੱਗ ਪਈ ਉਹਨੇ ਆਹ ਮਾਈ ਰੋਣਾ ਮੈਂ ਸਾਰੀ ਕਾਰਵਾਈ ਵੇਖ ਰਹੀ ਹੈ ਜਾਸਤੀ ਕਰਦਾ ਪਿਆ ਪਰ ਮੈਂ ਇਹਨਾਂ ਦੀ ਪੇਸ਼ੀ ਪਾ ਤੇ ਅਤੇ ਗੱਡੀ ਗੜੀ ਵਾਪਸ ਆਵੇ ਦੀ ਮੈਂ ਪਾਸ ਬਣਵਾ ਤੇ ਤੇਰੇ ਕੋਲ ਆ ਜਾ ਸੰਸੋਤੇ ਉਹਨੇ ਮੁੜ ਉਵੇਂ ਹੀ ਕੀਤੀ ਫਿਕਰ ਇਹਨਾਂ ਦੀ ਮੈਂ ਪੇਸ਼ੀ ਉੱਥੇ ਛਾਣੇ ਜ਼ਰੂਰ ਦੇਣੀ ਸਹੀ ਅਤੇ ਫਿਰ ਤੁਸੀਂ ਵੀ ਮਸਲਾ ਵੀ ਉਹਨਾਂ ਦਾ ਜਿਹੜਾ ਕੋਈ ਪਸ਼ੂ ਡੰਗਰ ਇੱਥੇ ਸੀ ਉਹ ਤੁਹਾਨੂੰ ਵੀ ਹਿੱਸਿਆਂ ਦਾ ਵੀ ਜਿਹੜੇ ਮਾਜਰ ਸੀ ਉਹਨਾਂ ਨੂੰ ਦਿੱਤਾ ਉਹ ਥਾਣੇਦਾਰ ਨੇ ਹਾਂ ਠੰਡਦਾਰ ਨੇ ਇਕੱਠੇ ਕੀਤੇ ਆ ਠੰਡਦਾਰ ਨੇ ਸਾਨੂੰ ਇਹਨਾਂ ਥਾਵਾਂ 'ਚ ਪਾਇਆ ਇਹ ਜਦੋਂ ਤੁਸੀਂ ਆਏ ਜੀ ਇਸ ਪਿੰਡ ਦੇ ਵਿੱਚ ਆ ਘਰ ਤੁਹਾਡੇ ਕੋਲ ਉਦੋਂ ਦਾ ਜੀ ਹਾਂਜੀ ਸਹੀ ਆ ਕਿੱਲੇ ਦੀ ਸੀ ਬੜੀ ਚਾਰ ਮਕਾਨ ਸਨ ਹੁਣ ਕਿਵੇਂ ਕਿਵੇਂ ਵੱਡਾ ਜੀ ਉਵੇਂ ਉਵੇਂ ਸਹੀ ਇਸ ਪਿੰਡ ਦੇ ਵਿੱਚ ਤੁਹਾਡੇ ਆਉਣ ਤੋਂ ਪਹਿਲੇ ਮੁਸਲਮਾਨ ਤਾਂ ਹੈਗੇ ਸੀ ਇਹਨਾਂ ਨੂੰ ਇਹ ਤਾਂ ਪਤਾ ਹੋਵੇਗਾ ਵੀ ਇੱਥੋਂ ਦਾ ਨੰਬਰਦਾਰ ਕਿਹੜਾ ਸੀ ਜੇ ਉਹਦਾ ਕੋਈ ਨਾਂ ਸੱਤ ਦਾ ਪਤਾ ਤਾਂ ਹੋਵੇਗਾ ਨੰਬਰਦਾਰ ਦਾ ਮੈਨੂੰ ਪਤਾ ਉੱਥੇ ਸਾਡਾ ਨੰਬਰਦਾਰ ਉਸੇ ਥਾਂ 'ਚ ਬੈਠਾ ਅੱਛਾ ਪਰ ਮੈਨੂੰ ਨਾਂ ਯਾਦ ਨਹੀਂ ਨਾਂ ਦਾ ਚੇਤਾ ਭੁੱਲ ਅਦਲ ਬੜਾ ਕਰਦਾ ਸੀ ਹਾਂ ਹਾਂ ਜਿਹੜਾ ਇੱਥੇ ਪਹਿਲੇ ਨੰਬਰਦਾਰ ਸੀ ਪਹਿਲੇ ਬੈਠਾ ਸੀ ਇਹਨਾਂ ਮੁਸਲਮਾਨਾਂ ਦੇ ਸ਼ਰਾਬ ਪੀਂਦੇ ਹਨ ਉਹ ਹੱਥ ਰੱਖਦਾ ਸੀ ਬਈ ਹੁਣ ਅੱਜ ਸ਼ਾਦੀ ਹੈ ਇੱਥੇ ਉਹਨਾਂ ਦੀ ਉੱਥੇ ਬੰਦੂਕ ਵਾਲਾ ਬਾ ਦੇਣਾ ਅਤੇ ਕੋਈ ਉਹ ਸੱਦੇ ਹਨ ਸੁੰਡੇ ਆਪਾਂ ਮਹਾਤਮ ਸੱਦੇ ਸਾਂ ਉਹ ਆਪ 'ਚ ਇੱਕ ਦੋ ਨੂੰ ਸੁੰਡਾ ਸੱਦੇ ਵੀ ਕੋਈ ਸੁੰਡਾ ਲੱਗੇ ਤਾਂ ਤੁਸੀਂ ਉਹਦੇ ਠੋਕ ਦੇਣੀ ਸਹੀ ਸ਼ਰਾਬ ਪੀ ਅਤੇ ਉਹ ਸੁੰਡੇ ਜਿਹੜੇ ਸਾਨੂੰ ਵੀ ਉਹ ਸ਼ਰਾਬ ਪੀਂਦੇ ਸਨ ਜਿਹੜੇ ਮਹਾਤਮ ਜਿਹਨਾਂ ਦਾ ਮਹਾਤਮ ਸਹੀ ਸਹੀ ਸ਼ਰਾਬ ਬੇਕੜੀ ਪੀਂਦੇ ਆ ਵੀ ਯਾਨੀ ਕਿ ਜਿਹੜਾ ਤੁਸੀਂ ਦੱਸਦੇ ਪਏ ਜਿਹੜਾ ਇੱਥੇ ਪਹਿਲੇ ਸੀ ਨਾ ਨੰਬਰਦਾਰ ਵੀ ਉਹ ਅਦਲ ਇਨਸਾਫ ਵਾਲਾ ਬੰਦਾ ਸੀ ਬੜਾ ਇਨਸਾਫ ਭਾਵੇਂ ਹੈ ਗੈਰ ਮੁਸਲਿਮ ਹੀ ਸੀ ਹਾਂ ਇਹ ਵੱਡੇ ਗੱਲਾਂ ਕਰਦੇ ਨੇ ਕਿਹੜਿਆ ਹਾਂਜੀ ਹਾਂਜੀ ਵੀ ਕਿਹੜੇ ਇੱਥੇ ਬੈਠੇ ਅਗਲੇ ਵਸਨੀਕ ਸਹੀ ਵੀ ਯਾਨੀ ਕਿ ਬੰਦੇ ਉਸ ਵਕਤ ਦੇ ਵਿੱਚ ਭਾਵੇਂ ਗੈਰ ਮੁਸਲਿਮ ਸੀ ਚੰਗੇ ਵੀ ਹੈਗੇ ਸਨ ਵੀ ਜਿਹੜੇ ਨਾ ਵੀ ਮਸਲਕ ਨੂੰ ਨਹੀਂ ਵੇਖਦੇ ਸੀ ਮਜ਼ਹਬ ਨੂੰ ਨਹੀਂ ਵੇਖਦੇ ਸੀ ਇਨਸਾਨ ਨੂੰ ਵੇਖ ਕੇ ਅਤੇ ਫੈਸਲਾ ਕਰਦੇ ਸੀ ਮਜ਼ਹਬ ਨੂੰ ਨਹੀਂ ਆਹ ਗੋਸ਼ਤ ਨਹੀਂ ਖਾਣ ਦਿੰਦੇ ਹਨ ਗੋਕਾ ਇੱਥੇ ਸਾਡੇ ਨਾਲ ਚੱਕ ਕੇ ਤੇਰਾ ਉੱਥੇ ਜਾਂਦਾ ਜੇ ਕੋਈ ਸ਼ਿਕਾਇਤ ਚਾ ਕਰਦਾ ਤਾਂ ਮੁੜ ਉਹਨੂੰ ਕੁੱਟਾ ਮਾਰੀ ਕਰਦੇ ਸਹੀ ਵੀ ਗਾਂ ਨਹੀਂ ਸੀ ਕਰਨ ਦਿੰਦੇ ਬਾਕੀ ਜਾਨਵਰ ਕਰਨ ਦਿੰਦੇ ਸੀ ਕੋਈ ਨਹੀਂ ਨਹੀਂ ਵਿੱਚ ਕਿਹੜੇ ਆਕੇ ਸਨ ਮੁਸਲਮਾਨ ਇੱਥੇ ਮਾਛੀ ਜਾਤ ਹੈ ਇਹਨਾਂ ਇੱਕ ਵਾਰੀ ਉੱਦਾਂ ਕਰਤਾ ਉਹਨਾਂ ਗਾਂ ਉੱਥੇ ਪਰਾ ਸਕੂਲ ਇਹਦਾ ਸਾਡਾ ਉਹ ਸਾਵੇਂ ਟਾਂਗ ਦਿੱਤੀ ਉਹ ਇਹਨਾਂ ਤੋਂ ਵਾਧੂ ਸਨ ਮਾਛੀ ਮਾਛੀ ਤਗੜੇ ਸਨ ਤਗੜੇ ਉਹ ਕਰ ਲੈਂਦੇ ਹਨ ਦੀਦਾਂ ਦਿਸਤਾ ਵੀ ਗਾਂ ਹਾਂ ਅਤੇ ਵੈਸੇ ਜਿਹੜੇ ਨਾ ਵੀ ਆਮ ਜਿਹੜਾ ਵੀ ਗਾਂ ਨਹੀਂ ਸੀ ਕਰਨ ਦਿੰਦੇ ਅਤੇ ਦੂਸਰੇ ਜਾਨਵਰਾਂ ਤੋਂ ਤਾਂ ਨਹੀਂ ਮਨਾ ਕਰਦੇ ਸੀ ਵੀ ਜਿਵੇਂ ਮਸਲਾ ਹੁਣ ਵੀ ਕੱਟਾ ਬੱਕਰਾ ਹਾਂ ਇਹਦੇ ਤੋਂ ਨਹੀਂ ਕਰਦੇ ਸਹੀ ਵੀ ਕੁਰਬਾਨੀ ਤਾਂ ਮਸਲਾ ਕੁਰਬਾਨੀ ਕਰੋ ਈਦ ਪੜ੍ਹੋ ਸਹੀ ਸਹੀ ਇਹ ਆਦਾ ਉਹਨਾਂ ਗੁਰਦੁਆਰਾ ਬਣਾਇਆ ਆਪਣੇ ਮੁਸਲਮਾਨਾਂ ਨੂੰ ਉਹਨੇ ਇਹ ਪਿੰਡ ਵਾਲਾ ਤੁਸੀਂ ਵੀ ਅੱਲਾ ਅੱਲਾ ਕਰਦੇ ਜੀ ਅੱਜ ਤੁਸੀਂ ਮਸਜਿਦ ਪਾ ਲਓ ਉਹ ਵਿਚਾਲੇ ਅੱਜ ਸਾਡੇ ਪਿੰਡ 'ਚ ਤਿੰਨ ਹੋਈਆਂ ਹੋਈਆਂ ਨੇ ਮਸਜਿਦ ਸਹੀ ਵੀ ਯਾਨੀ ਕਿ ਵੰਡ ਤੋਂ ਪਹਿਲੇ ਹਿੰਦੂਆਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਕੋਈ ਬੋਲ ਬੁਲਾਰਾ ਨਹੀਂ ਹਾਂ ਭੈਣਾਂ ਭਰਾਵਾਂ ਧਰਾਂ ਵਾਸਦੇ ਅਮਨ ਨਾਲ ਇੰਡੀਆ 'ਚ ਵੀ ਇੱਧਰ ਸਨ ਕਿਹੜੇ ਇਹ ਤਾਂ ਮੁੜੇ ਕਾਂਗਰਸ ਵਾਲਿਆਂ ਦੇ ਹਨ ਵੀ ਇਹਨਾਂ ਦਾ ਪਾਕਿਸਤਾਨ ਕੋਨੇ ਇਹਦਾ ਬਾਬਾ ਕਾਇਦੇ ਆਦਮ ਅਤੇ ਆ ਨਾਮਾ ਅਕਬਾਦ ਆ ਲਾਹੌਰ ਖੜੇ ਹੁੰਦੀ ਵੇਖੀ ਤੁਰਬਤ ਕਿ ਨਹੀਂ ਅੱਜ ਵੀ ਉਹਦੀ ਤੁਰਬਤ ਦੇ ਅੱਗੇ ਦੋ ਸਿਪਾਹੀ ਖੜੇ ਨੇ ਇੱਕ ਇੱਧਰ ਇੱਕ ਇੱਧਰ ਉਹ ਪਰਾ ਕਿੱਧਰ ਕਿਲਾ ਹੈ ਉਸ ਬਣਿਆ ਉਹਦੀ ਤੁਰਬਤ ਇਹ ਜਿਹੜੀ ਹੁਣ ਆਪਾਂ ਵੀਡੀਓ ਬਣਾਈ ਹੈ ਹਾਂਜੀ ਇਹ ਆਪਣੀ ਵੀਡੀਓ ਆਪਣਾ ਜਿਹੜਾ ਅਰਨੀ ਵਾਲਾ ਪਿੰਡ ਹੈ ਹਾਂਜੀ ਇਹ ਉੱਥੋਂ ਤੱਕ ਜਾਏਗੀ ਉੱਥੇ ਪਹੁੰਚੇਗੀ ਇਹਨੂੰ ਉੱਥੇ ਲੋਕ ਵੇਖਣਗੇ ਹਾਂਜੀ ਉਹਨਾਂ ਲੋਕਾਂ ਵਾਸਤੇ ਤੁਹਾਡਾ ਕੀ ਪੈਗਾਮ ਹੈ ਜਿਹੜੇ ਉਸ ਵਕਤ ਦੇ ਲੋਕ ਉੱਥੇ ਰਹਿੰਦੇ ਸਨ ਹਾਂਜੀ ਕਰਾੜ ਸਨ
ਜਾਂ ਜਿਹੜੇ ਵੀ ਸਨ ਜਿਨ੍ਹਾਂ ਦਾ ਨਾਮ ਅਜੇ ਉਹਨਾਂ ਵੱਡਿਆ ਨਹੀਂ ਅਸੀਂ ਔਲਾਦਾਂ ਰਹਿ ਗਈਆਂ ਉਹਨਾਂ 'ਚ ਵੀ ਤੁਰ ਗਏ ਹਾਂਜੀ ਹਾਂਜੀ ਵੱਡੇ ਹਾਂਜੀ ਅਤੇ ਉਹਨਾਂ ਦੀ ਔਲਾਦ ਹੈ ਹੁਣ ਉਹਨਾਂ ਨੇ ਪਕਾਮ ਕੀ ਕਰੀਏ ਆਪਾਂ ਵੇਖੋ ਨਾ ਜੀ ਜਿਸ ਤਰ੍ਹਾਂ ਤੁਸੀਂ ਆਪਣੇ ਬਜ਼ੁਰਗਾਂ ਦਾ ਨਾਂ ਦੱਸਿਆ ਹਾਂਜੀ ਜਿਹੜੇ ਉਹਨਾਂ ਦੇ ਬਜ਼ੁਰਗ ਸਨ ਹਾਂਜੀ ਉਹ ਤੁਹਾਡੇ ਬਜ਼ੁਰਗਾਂ ਦਾ ਭਾਈਚਾਰੇ ਦੀ ਵਜ੍ਹਾ ਤੋਂ ਨਾਂ ਤਾਂ ਲੈਂਦੇ ਹੋਣਗੇ ਨਾ ਵੀ ਇਸ ਤਰ੍ਹਾਂ ਫਲਾਣੇ ਮੁਸਲਮਾਨ ਨਾਲ ਸਾਡਾ ਤਲਕ ਵਾਸਤਾ ਹਾਂਜੀ ਇਸ ਤਰ੍ਹਾਂ ਜਿਹੜਾ ਨਾ ਉਹਨਾਂ ਨੂੰ ਪਤਾ ਚੱਲ ਜਾਏਗਾ ਵੀ ਇਹ ਬੰਦੇ ਜਿਹੜੇ ਨੇ ਇੱਥੋਂ ਦੇ ਰਹਿਣ ਵਾਲੇ ਸਨ ਹਾਂ ਖੜਦਾਦਿਆਂ ਸਾਡਾ ਨਾਂ ਕਾਲਾ ਸੀ ਉਹਦੇ ਤਾਂ ਹੀ ਜਾਣਦੇ ਨੇ ਉਹ ਹਿੰਦੂ ਮਮੰਦਾ ਸਾਡਾ ਦਾਦਾ ਸੀ ਉਹਦੇ ਤਾਂ ਹੀ ਉੱਗਾ ਵੱਗਾ ਸੀ ਸਾਡਾ ਦਾਦਾ ਪਿੰਡ ਦੇ ਵਿੱਚ ਅਤੇ ਉਹ ਪਿੰਡ ਜਿਹੜਾ ਅਰਨੀਲਾ ਵੇਖਣ ਨੂੰ ਤੁਹਾਡਾ ਦਿਲ ਕਰਦਾ ਕਰਦਾ ਵੀ ਕਿੱਥੇ ਰਹਿ ਤੇ ਆਏ ਨੇ ਤੁਸੀਂ ਤਾਂ ਛੋਟੇ ਸਨ 8-9 ਸਾਲ ਉਮਰ ਦਾ ਅਤੇ ਜੇ ਅਗਰ ਤੁਹਾਨੂੰ ਹਕੂਮਤ ਇਜਾਜ਼ਤ ਦੇਵੇ ਹਾਂਜੀ ਅਤੇ ਅਸੀਂ ਜਾ ਸਕਦੇ ਪਰ ਹੈਗਾ ਹੁਣ ਕੋਈ ਸੂਹਾ ਹੋਵੇ ਤਾਂ ਉਹਦੇ ਕੋਲ ਜਾਈਏ ਵੇਖੋ ਨਾ ਜੀ ਜਿਹੜੇ ਤੁਹਾਡੇ ਦਾਦਿਆਂ ਪੜਦਾਦਿਆਂ ਨੂੰ ਜਾਣਦੇ ਨੇ ਹਾਂਜੀ ਉਹ ਤੁਹਾਡੇ ਸੂਹੇ ਤਾਂ ਬਣ ਜਾਣਗੇ ਹਾਂਜੀ ਅਤੇ ਜੇ ਅਗਰ ਉਹਨਾਂ 'ਚੋਂ ਕੋਈ ਬੰਦਾ ਇੱਥੇ ਤੁਹਾਡੇ ਕੋਲ ਆਉਣਾ ਚਾਹੇ ਤਾਂ ਫਿਰ ਅਤੇ ਉਹ ਆ ਜਾਂਦਾ ਨਾਂ ਲਵੇ ਤਾਂ ਆਪਾਂ ਵੀ ਉਹ ਇਹਨਾਂ ਵੀ ਮਸਲਨ ਉਹ ਆਪਦੇ ਵਡੇਰਿਆਂ ਦਾ ਨਾਂ ਸਾਥ ਦੱਸੇ ਅਤੇ ਤੁਹਾਡੇ ਨਾਲ ਸੂਹ ਰੂੰ ਕੱਢੇ ਅਤੇ ਤੁਸੀਂ ਉਹਨੂੰ ਸੰਭਾਲ ਲਓਗੇ ਇੱਥੇ ਆਏ ਨੂੰ ਸਹੀ ਸੰਭਾਲਦਾ ਨਾ ਸਿੱਖ ਨੂੰ ਸਹੀ ਸਹੀ ਆ ਸਾਰਾ ਪਿੰਡਾਂ 'ਚ ਉਹਨੇ ਜਾਣਾ ਕਿੱਥੇ ਕਿੱਥੇ ਉਹਦੇ ਸੂਹ ਰੂੰ ਸਕੂਟਰ 'ਤੇ ਮਿਲਾ ਲਿਆ ਉਹਨੇ ਜਿਹੜਾ ਆਪਣਾ 17 ਪਿੰਡ ਹੈ ਹਾਂਜੀ ਇਹਦੇ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਹਾਂਜੀ ਉਹ ਕਿਹੜੇ ਕਿਹੜੇ ਪਿੰਡ ਨੇ ਇਹਦੇ ਆਲੇ ਦੁਆਲੇ 2 ਰਾਖਾਂ ਨੇ ਅੱਛਾ ਵੱਡੀ ਰਾਖ ਅਤੇ ਨਿੱਕੀ ਰਾਖ ਗੰਗਾ ਰਾਮ ਦੀਆਂ ਅੱਛਾ ਅਤੇ ਇੱਥੇ ਆ ਇੱਕ ਰਾਣੇ ਵਾਲਾ 18 ਚੱਕ ਵੱਜਦਾ 18 SP ਰਾਣੇ ਵਾਲੀ ਹਾਂ ਅੱਛਾ ਮੋਰਵਾ ਨਵਾਬ ਬਲੋਚ ਵਾਲਾ ਚੱਕ ਵੱਜਦਾ ਆ 13 SP ਬਲੋਚਾ 13 SP ਬਲੋਚਾਂ ਵਾਲੀ ਹਾਂਜੀ ਸਹੀ ਇੱਥੋਂ ਆਪਾਂ ਜਿਹੜਾ ਦੁਪਾਲਪੁਰ ਰੋਡ ਹੈ ਉਹ ਕਿੰਨਾ ਕੁ ਬੰਦ ਬਣ ਜਾਂਦਾ ਇਹ ਜਿਹੜੀ ਸੜਕ ਵੱਡੀ ਦੁਪਾਲਪੁਰ ਵਾਹ ਵਾਹ ਬੰਦ ਹੈ ਇਹ ਸੜਕ ਜਿਹੜੀ ਦੁਪਾਲਪੁਰ ਵਾਲੀ ਇਹ ਕਿੰਨਾ ਕੁ ਬੰਦ ਇੱਥੋਂ ਬਣਦੀ ਇੱਥੋਂ ਹਾਂਜੀ ਇੱਥੋਂ ਆ ਨੇੜੇ ਹੀ ਹੈ ਕੋਈ ਹੈ 2 ਮਰੱਬੇ ਨਹੀਂ 2 ਤਾਂ ਉੱਤੇ ਕਰ ਲੈ 3 ਮਰੱਬੇ ਕਰ ਲੈ ਮੀਲ ਕੁ ਹੋਵੇਗਾ ਹਾਂ 2.5 ਕਰ ਲੈ ਯਾਨੀ ਕਿ ਮੀਲ ਕੁ ਬੰਦ ਹੈਗਾ ਹਾਂਜੀ ਅਗਰ ਤੁਹਾਨੂੰ ਕੋਈ ਉੱਥੇ ਬੁਲਾਵੇ ਹਾਂਜੀ ਤਾਂ ਫਿਰ ਤੁਸੀਂ ਤਿਆਰ ਜ਼ਿਆਦਾ ਪਿੰਡ ਵੇਖਣ ਨੂੰ ਹਾਂਜੀ ਚਲੋ ਜੇ ਉੱਥੋਂ ਕਿਸੇ ਬੰਦੇ ਨੇ ਰਾਬਤਾ ਕੀਤਾ ਹਾਂਜੀ ਅਤੇ ਫਿਰ ਉਹ ਜਿਹੜਾ ਪੈਗਾਮ ਹੈ ਤੁਹਾਡੇ ਤੱਕ ਮੈਂ ਪਹੁੰਚਾਵਾਂਗਾ ਫਿਰ ਹਾਂ ਸਾਡੇ ਦਾਦਿਆਂ ਨੂੰ ਕੋਈ ਜਾਣਦਾ ਹੋਵੇ ਉਹਨਾਂ ਦੇ ਵੱਡੇ ਗੱਲਾਂ ਕਰ ਕੇ ਹੋਣ ਕਿਵੇਂ ਹੁਣ ਮੈਂ ਪਿਆ ਕਰਨਾ ਹਾਂਜੀ ਹਾਂਜੀ ਅਤੇ ਉਹ ਦਫਾ ਕਰ ਲੈਣ ਦੇ ਬਿਲਕੁਲ ਕਦੇ ਕੱਪੇ ਖੜੇ ਹੋਣ ਤਾਂ ਮੋੜ ਨਹੀਂ ਨਹੀਂ ਕੱਪਦੇ ਨਹੀਂ ਦੇ ਨਹੀਂ ਨਹੀਂ ਹੁਣ ਇੱਥੇ ਆਪਣੇ ਕੋਲ ਕੋਈ ਆ ਜਾਵੇ ਤਾਂ ਆਪਾਂ ਕੋਈ ਕੱਪਾਂਗੇ ਹਾਂ ਆਪਾਂ ਉਹਨਾਂ ਨੂੰ ਮਾਰਾਂਗੇ ਆਪਾਂ ਨਹੀਂ ਯਾਰ ਆਪਣੇ ਕੋਲੇ ਆਏ ਨੇ ਕੋਲੇ ਆਏ ਤਾਂ ਕੋਈ ਵੀ ਨਹੀਂ ਇਸ ਤਰ੍ਹਾਂ ਕਰਦਾ ਉਦੋਂ ਤਾਂ ਫਿਰ ਹਲਚਲ ਜਿਹੀ ਪਈ ਹੋਈ ਸੀ ਅੱਲਾ ਗੁੱਲਾ ਪਿਆ ਸੀ ਆ ਉਹਨਾਂ ਦੀਆਂ ਹਵੇਲੀ ਲੜਕੀਆਂ ਵਿਆਹੀਆਂ ਲੈਂਦੀਆਂ ਹਿੰਦੁਸਤਾਨ 'ਚੋਂ ਹਵੇਲੀ ਲੱਖਾਂ ਦੀ ਨਹੀਂ ਇੱਥੇ ਰਿਸ਼ਤੇ ਉਹਨਾਂ ਦੇ ਵੀ ਇੱਧਰ ਸੁਣ ਆਪਣੇ ਵੀ ਹੋਵੇ ਹੈ ਇਹ ਮਾਰ ਤਾਂ ਪਈ ਬੂੜਾਂ ਦੇ ਕਾਫਲੇ 'ਤੇ ਹਰ ਕਾਫਲੇ ਨਾਲੋਂ ਕਿਉਂ ਇਹਨਾਂ ਨੂੰ ਪਤਾ ਸੀ ਇਹਨਾਂ ਦੇ ਅਫਸਰ ਇਹਨਾਂ ਕੋਲ ਬੋਰੇ ਸਨ ਅਸਲ ਭਰਨ ਇਹ ਪਾਲੋ ਸ਼ਰਾਰਤ ਇਹਨਾਂ ਨੇ ਆਪ ਕੀਤੀ ਮੁਸਲਮਾਨਾਂ ਨੇ ਇਹ ਬੂੜਾ ਵਾਲੇ ਕਾਫਲੇ ਨੇ ਇਹ ਮੇਰੇ ਵਿੱਚ ਨਾਨਕੇ ਵੀ ਸਨ ਇਹ ਕਿਹੜੇ ਉਹਨਾਂ ਨੂੰ ਅੱਗੋਂ ਪਿੱਛੋਂ ਫੋਨ ਆਉਂਦਾ ਰਿਹਾ ਵੀ ਬੂੜਾਂ ਦਾ ਕਾਫਲਾ ਹੈ ਅਤੇ ਤਬਾਹਿਆ ਫੇਰਦੇ ਆਉਂਦੇ ਨੇ ਇੱਥੇ ਆ ਕੇ ਉਹਨਾਂ ਨੇ ਕੀ ਕੰਮ ਕੀਤਾ ਆ ਗਾਂ ਦੀ ਪੋਸ਼ਣ ਪਾ ਦੇ ਵੀ ਸਾਨੂੰ ਇਹ ਗਊ ਦੀ ਕਸਮ ਹੈ ਅਤੇ ਅਸਲਾ ਦੇ ਦਿਓ ਅਸਲਾ ਕਿਹੜੇ ਵਿਹਲਾ ਕਰਦੇ ਰਹੇ ਅਤੇ ਇੱਕ ਨੇ ਵੀ ਚੁੱਕਣਾ ਨੇ ਨਾ ਅਤੇ ਉਹਨਾਂ ਨੇ ਮਾਰੇ ਉੱਥੋਂ ਕਿੱਥੋਂ ਟਾਵਰ ਤੋਂ ਕੱਢਦੇ ਰਹੇ ਅਤੇ ਆਦਮ ਉਡਾਉਂਦੇ ਰਹੇ ਕਈ ਉੱਥੋਂ ਡਿੱਗੇ ਨਿਸ਼ਾਨ ਕੀ ਇਹ ਬੜੇ ਹਨ ਸ਼ਿਕਾਰੀ ਸਨ ਮੁੜ ਇਹਨਾਂ ਨੇ ਉਸ ਕਾਫਲੇ ਦਾ ਤਬਾਹਿਆ ਕਰ ਬੂੜਾ ਵਾਲੇ ਦਾ ਹਾਂ ਮੁੜ ਉਹਨਾਂ ਦੇ ਵਿੱਚੋਂ ਕੋਈ ਬੰਦੇ ਕੋਈ ਬੁੱਢੀਆਂ ਲੁਕੇ ਆਏ ਬਾਅਦ ਦੇ ਵਿੱਚ ਉਹ ਗੱਲਾਂ ਸੁਣਾਵਣ ਬਈ ਉਹ ਜਿਹੜੇ ਬੂੜ ਸਨ ਹਾਂਜੀ ਉਹਨਾਂ ਦਾ ਪਿੰਡ ਕਿਹੜਾ ਸੀ ਉੱਧਰ ਇਹਨਾਂ ਦੇ 4 ਪਿੰਡ ਸ਼ਹਿਰ ਸਨ ਦੇ ਮਹਿਬੂਬ ਸ਼ਹਿਰ ਹਜ਼ਰਤ ਸਖਤਾ ਖੇੜਾ ਇਸ ਤਰ੍ਹਾਂ ਦੇ ਉਹ ਬੂੜਾ ਦੇ ਮਾਈ ਦਾ ਤਾਂ ਜਾਣ ਆਉਣ ਸੀ ਬੁਰਾਨ ਦੇ ਰਹਿਣ ਵਾਲੇ ਹਨ
ਸਹੀ।